ਸਾਡੇ ਸ਼ੋਅ ਹੈਲੋ ਨਾਰਥ ਅਮਰੀਕਾ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਇਸ ਸ਼ੋਅ ਵਿੱਚ ਅਸੀਂ ਸਮੁੰਦਰੋਂ ਪਾਰ ਬੈਠੇ ਪੈਣਾ ਪ੍ਰਾਵਾਂ ਤੇ ਸੱਜਣਾ ਮਿੱਤਰਾਂ ਨੂੰ ਆਪਣੇ ਵਤਨ ਆਪਣੇ ਮਿੱਟੀ ਨਾਲ ਰੂਬਰੂ ਕਰਾਉਂਦੇ ਹਾਂ ਔਰ ਹਾਲਾਤ ਬਾਰੇ ਜਾਣੂ ਕਰਾਉਂਦੇ ਹਾਂ ਇਹ ਉਪਰਾਲਾ ਡੇ ਅਨਾਈਟ ਨਿਊਜ਼ ਔਰ ਗਲੋਬਲ ਪੰਜਾਬ ਟੀਵੀ ਚੈਨਲਾਂ ਦੇ ਮਾਰਫਤ ਹੋ ਰਿਹਾ ਹੈ ਤੁਸੀਂ ਸਾਡੇ ਨਾਲ ਕਿਸੇ ਵੀ ਮਸਲੇ ਤੇ ਫੋਨ ਰਾਈ ਗੱਲ ਕਰ ਸਕਦੇ ਹੋ ਸਾਡੇ ਟੈਲੀਫੋਨ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ ਜਦੋਂ ਤੱਕ ਤੁਸੀਂ ਟੈਲੀਫੋਨ ਰਾਹੀਂ رابطہ ਕਾਇਮ ਕਰਦੇ ਹੋ ਮੈਂ ਦੱਸ ਦੇਵਾਂ ਕਿ ਸਾਨੂੰ ਇਸ ਸ਼ੋਅ ਦਾ ਬਹੁਤ ਚੰਗਾ ਹੁੰਗਾਰਾ ਮਿਲਿਆ ਹੈ ਕੱਲ ਹਿੰਦੁਸਤਾਨ ਦੇ ਵਿੱਚ ਦਿੱਲੀ ਦੇ ਵਿੱਚ ਮੌਸਮ ਖਰਾਬ ਹੋਣ ਕਰਕੇ ਕੁਝ ਤਕਨੀਕੀ ਖਰਾਬੀਆਂ ਆਈਆਂ ਸਨ ਜਿਸ ਕਰਕੇ ਬਹੁਤ ਸਾਰੇ ਸੱਜਣ ਵੀਰ ਅਮਰੀਕਾ ਤੋਂ ਸਾਡੇ ਨਾਲ ਲਾਈਵ ਨਹੀਂ ਜੁੜ ਸਕੇ ਦੇ ਵਾਸਤੇ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਬਹੁਤ ਸਜਣਾ ਨੇ ਗਿਲਾ ਕੀਤਾ ਹੈ ਕਿ ਅਸੀਂ ਉਹਨਾਂ ਦੀਆਂ ਕਾਲਸ ਸ਼ੋਅ ਵਿੱਚ ਨਹੀਂ ਲੈ ਸਕੇ ਮੈਂ ਇਹਨਾਂ ਵੀਰਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਸ਼ੋਅ ਵਿੱਚ ਅਸੀਂ ਸਮੇਂ ਦੀ ਘਾਟ ਕਰਕੇ ਸਾਰੀਆਂ ਕਾਲਸ ਨਹੀਂ ਲੈ ਸਕਦੇ ਪਰ ਕਿਉਂਕਿ ਇਹ ਸ਼ੋਅ ਹਫ਼ਤੇ ਵਿੱਚ 4 ਦਿਨ ਟੈਲੀਕਾਸਟ ਹੋਵੇਗਾ ਮੈਂ ਸਾਰਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਪਹਿਲੇ ਦਿਨ ਨਹੀਂ ਤਾਂ ਦੂਜੇ ਦਿਨ ਸਾਨੂੰ ਕਾਫੀ ਸਾਰੀਆਂ ਈਮੇਲਸ ਆਈਆਂ ਨੇ ਉਹਨਾਂ ਚੋਂ ਤਿੰਨ ਈਮੇਲਸ ਪੰਜਾਬ ਵਿੱਚ ਵਧ ਰਹੇ ਰੋਡ ਐਕਸੀਡੈਂਟਸ ਬਾਰੇ ਹਨ ਇਹਨਾਂ ਵਿੱਚੋਂ ਇੱਕ ਈਮੇਲ ਵਿੱਚ ਟ੍ਰੇਸੀ ਕੈਲੀਫੋਰਨੀਆ ਤੋਂ ਸੰਤੋਖ ਸਿੰਘ ਨੇ ਇਹਨਾਂ ਐਕਸੀਡੈਂਟਸ ਉੱਪਰ ਬਹੁਤ ਗੁੱਸੇ ਦਾ ਇਜ਼ਹਾਰ ਕੀਤਾ ਹੈ ਉਹਨਾਂ ਦਾ ਗੁੱਸਾ ਬਿਲਕੁਲ ਜਾਇਜ਼ ਹੈ ਉਹ ਲਿਖਦੇ ਨੇ ਕਿ ਜਿਵੇਂ ਪੰਜਾਬ ਵਿੱਚ ਇਨਸਾਨਾਂ ਦੀਆਂ ਸੜਕ ਹਾਦਸਿਆਂ 'ਚ ਜਾਨਾਂ ਜਾ ਰਹੀਆਂ ਨੇ ਇਸ ਤੋਂ ਕਿਤੇ ਜ਼ਿਆਦਾ ਸਾਡੇ ਇੱਥੇ ਪੈਟਸ ਦੀ ਕਦਰ ਹੁੰਦੀ ਹੈ ਸਰਕਾਰੀ ਮਨਿਸਟਰਾਂ ਅਤੇ ਅਫਸਰਾਂ ਨੂੰ ਕੁਝ ਨਾ ਕਰਨ ਵਾਸਤੇ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਸਾਨੂੰ ਵੀ ਫਟਕਾਰ ਲਾਈ ਹੈ ਉਹਨਾਂ ਕਿਹਾ ਹੈ ਤੁਸੀਂ ਮੀਡੀਆ ਵਾਲੇ ਵੀ ਇਸ ਮੁੱਦੇ ਨੂੰ ਸਹੀ ਤਰੀਕੇ ਨਾਲ ਨਹੀਂ ਚੁੱਕਦੇ ਸੜਕ ਹਾਦਸੇ ਵਿੱਚ ਮੌਤ ਨੂੰ ਇੰਜ ਲੈਂਦੇ ਹੋ ਜਿਵੇਂ ਚਖੜ 'ਚ ਕੋਈ ਦਰਖਤ ਡਿੱਗ ਪੈਂਦਾ ਹੋਵੇ ਸੰਤੋਖ ਜੀ ਈਮੇਲ ਕਰਨ ਵਾਸਤੇ ਬਹੁਤ ਧੰਨਵਾਦ ਤੁਸੀਂ ਮੇਰੇ ਦਿਲ ਦੀ ਗੱਲ ਕਹਿ ਦਿੱਤੀ ਹੈ ਇਹ ਠੀਕ ਹੈ ਕਿ ਇੱਥੇ ਐਕਸੀਡੈਂਟਸ ਬਹੁਤ ਹੋ ਰਹੇ ਨੇ ਔਰ ਮੈਂ ਇਹ ਵੀ ਦੱਸ ਦਵਾਂ ਕਿ ਇੱਥੇ ਵੀ ਹੁਣ ਵੈਸੇ ਪੈਟਸ ਦੀ ਕਦਰ ਕਾਫੀ ਕਾਫੀ ਵਧ ਗਈ ਹੈ ਪੰਜਾਬ ਵਿੱਚ ਕਰੀਬ 3000 ਮੌਤਾਂ ਹਰ ਸਾਲ ਸੜਕ ਹਾਦਸਿਆਂ ਵਿੱਚ ਜਾਂਦੀਆਂ ਨੇ ਇਸ ਦਾ ਮਤਲਬ ਹੈ ਕਿ ਰੋਜ਼ ਦੇ ਕਰੀਬ 8 ਤੋਂ 10 ਬੰਦੇ ਮਰਦੇ ਨੇ ਅਤੇ 15 ਤੋਂ 20 ਜ਼ਖਮੀ ਹੁੰਦੇ ਨੇ ਜਿਨ੍ਹਾਂ ਵਿੱਚੋਂ ਕਈ ਕਈ ਸਾਰੇ ਉਮਰ ਵਾਸਤੇ ਅਪਾਹਜ ਹੋ ਜਾਂਦੇ ਨੇ ਇੰਨੇ ਬੰਦੇ ਤੇ ਸ਼ਾਇਦ ਮੇਰੇ ਖਿਆਲ ਚ ਅਤਵਾਦ ਵੇਲੇ ਵੀ ਰੋਜ਼ ਪੰਜਾਬ ਵਿੱਚ ਨਹੀਂ ਮਰਦੇ ਸਨ ਸਿਆਲ 'ਚ ਜਦੋਂ ਤੁੰਦ ਯਾਨੀ ਫੌਗ ਹੁੰਦੀ ਹੈ ਉਦੋਂ ਤਾਂ ਹਾਦਸਿਆਂ ਦੀ ਕੁਝ ਸਮਝ ਆਉਂਦੀ ਹੈ ਪਰ ਅੱਜ ਕੱਲ ਜਦੋਂ ਮੌਸਮ ਬਿਲਕੁਲ ਸਾਫ਼ ਹੈ ਕੋਈ ਵਜ੍ਹਾ ਨਹੀਂ ਕੋਈ ਵਜ੍ਹਾ ਨਹੀਂ ਕਿ ਇਨੀਆਂ ਕੀਮਤੀ ਜਾਨਾਂ ਭੰਗਦੇ ਪਾੜੇ ਰੋਜ਼ ਗਵਾਜਾਂ ਤੁਹਾਨੂੰ ਪਤਾ ਹੀ ਹੈ ਕਿ ਪਿੱਛੇ ਜਏ ਹਸਰਸ ਐਕਟਰ ਅਤੇ ਫਿਲਮ ਸਟਾਰ ਸਾਡੇ ਕਈਆਂ ਦੇ ਦੋਸਤ ਜਿਸਪਾਲ ਪੱਟੀ ਜਿਨ੍ਹਾਂ ਉੱਤੇ ਸਾਨੂੰ ਸਭ ਨੂੰ ਪੰਜਾਬ ਨੂੰ ਮਾਣ ਹੈ ਇਸੇ ਤਰ੍ਹਾਂ ਰੱਬ ਨੂੰ ਪਿਆਰੇ ਹੋ ਗਏ ਮੈਂ ਪਿੱਛੇ ਜਏ ਇੱਕ ਪੁਰਾਣੇ ਡੀਜੀਪੀ ਜੀਐਸ ਔਜਲਾ ਪੰਜਾਬ ਦੇ ਡੀਜੀਪੀ ਰਹੇ ਨੇ ਦਾ ਲੇਖ ਪੜ ਰਿਆ ਸਾਂ ਜਿੱਥੇ ਉਹਨਾਂ ਰੋਡ ਸੇਫਟੀ ਬੋਰਡ ਸਥਾਪਨਾ ਕਰਨ ਦੀ ਸਿਫਾਰਿਸ਼ ਕੀਤੀ ਸੀ ਇਹ ਕਾਫੀ ਚੰਗਾ ਸੁਝਾਅ ਹੈ ਅ ਅਸੀਂ ਸਾਰੇ ਜਾਣਦੇ ਹਾਂ ਕਿ ਸੜਕ ਹਾਦਸਿਆਂ ਦੇ ਜਿਹੜੇ ਪੰਜਾਬ 'ਚ ਹੋ ਰਹੇ ਬਾਕੀ ਥਾਵਾਂ 'ਤੇ ਵੀ ਹੋ ਰਹੇ ਪਰ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਕਾਫੀ ਵੱਧ ਨੇ ਇਹਦੇ ਕਈ ਕਾਰਨ ਨੇ ਇੱਕ ਕਾਰਨ ਤਾਂ ਹੈ ਡਰੰਕਨ ਡਰਾਈਵਿੰਗ ਸੜਕ ਦੇ ਆਸ-ਪਾਸੇ ਥਾਂ-ਥਾਂ 'ਤੇ ਸ਼ਰਾਬ ਦੇ ਠੇਕੇ ਖੁੱਲੇ ਹੋਏ ਹਨ ਕਰੀਬ-ਕਰੀਬ ਪੰਜਾਬ ਦੇ ਵਿੱਚ 7000 ਸ਼ਰਾਬ ਦੇ ਠੇਕੇ 7000 ਤੋਂ ਵੱਧ ਸ਼ਰਾਬ ਦੇ ਠੇਕੇ ਖੁੱਲੇ ਨੇ ਔਰ ਮੈਨੂੰ ਕੁਝ ਜਿਹੜੇ ਆਂਕੜੇ ਮਿਲੇ ਨੇ ਉਹਨਾਂ ਤੋਂ ਐ ਲੱਗਦਾ ਕਿ ਪੰਜਾਬ ਸਰਕਾਰ ਕਰੀਬ 4000 ਕਰੋੜ ਤੋਂ ਵੱਧ ਰੁਪਏ ਸ਼ਰਾਬ ਤੋਂ ਕਮਾਉਂਦੀ ਹੈ ਮੈਨੂੰ ਕੋਈ ਦੱਸ ਰਿਹਾ ਸੀ ਕਿ ਸ਼ਾਇਦ 31000 31 ਕਰੋੜ ਸ਼ਰਾਬ ਦੀਆਂ ਬੋਟਲਸ ਜਿਹੜੀਆਂ ਵਾਂ ਉਹ ਹਰ ਸਾਲ ਵੇਖਤੀਆਂ ਨੇ ਸੜਕ ਤੇ ਚੱਲਣ ਵਾਲਿਆਂ ਵਾਸਤੇ ਵੀ ਇੱਥੇ ਕੋਈ ਇਸ ਕਰਕੇ ਵੀ ਐਕਸੀਡੈਂਟ ਹੋ ਰਹੇ ਕੋਈ ਰੂਲਸ ਔਰ ਰੈਗੂਲੇਸ਼ਨ ਨਹੀਂ ਹਨ ਵੀਆਈਪੀਜ਼ ਦਾ ਬਚਾਅ ਤਾਦੋ ਜਾਂਦਾ ਕਿ ਉਹਨਾਂ ਦੇ ਨਾਲ ਹੂਠੜਾਂ ਵਾਲੀਆਂ ਗੱਡੀਆਂ ਤੇ ਸਕਾਟ ਲਗੀਆਂ ਹੋਈਆਂ ਨੇ ਉਹਨਾਂ ਹੀ ਸੜਕਾਂ ਤੇ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਸਾਈਕਲ ਸਵਾਰ ਅਤੇ ਆਵਾਰਾ ਪਸ਼ੂ ਵੀ ਚੱਲਦੇ ਫਿਰਦੇ ਨਜ਼ਰ ਆਉਂਦੇ ਨੇ ਇਹ ਸਮਝ ਨਹੀਂ ਆਉਂਦੀ ਕਿ ਸੜਕ ਹਾਦਸੇ ਰੋਕਣ ਲਈ ਆਪਾਂ ਕਿੱਥੋਂ ਸ਼ੁਰੂ ਕਰੀਏ ਹਾਲਤ ਇਹੋ ਜੀ ਹੋਈ ਹੈ ਇੱਥੇ ਹਾਂ ਇੱਕ ਗੱਲ ਜ਼ਰੂਰ ਦੱਸ ਦੇਵਾਂ ਕਿ ਕੁਝ ਸਾਲਾਂ ਤੋਂ ਕਈ ਐਨ ਜੀਓਜ਼ ਬਹੁਤ ਚੰਗਾ ਕੰਮ ਕਰ ਰਹੇ ਨੇ ਕਈਆਂ ਨੇ ਤਾਂ ਆਪਣੇ ਖਰਚੇ ਤੇ ਮੈਡੀਕਲ ਵੈਨਸ ਅਤੇ ਐਂਬੂਲੈਂਸ ਐਂਬੂਲੈਂਸਸ ਵੀ ਚਲਾਈਆਂ ਨੇ ਅਰਾਈਵ ਸੇਫ ਨਾਂ ਦੀ ਇੱਕ ਐਨ ਜੀਓ ਹੈ ਹਰਮਨ ਸਿੱਧੂ ਇਸ ਨੂੰ ਚਲਾ ਰਹੇ ਨੇ ਇੱਕ ਆਈ ਪੀਐਸ ਅਫਸਰ ਨੇ ਪੰਜਾਬ ਦੇ ਸੀਨੀਅਰ ਆਈ ਪੀਐਸ ਅਫਸਰ ਐਸ ਕੇ ਸ਼ਰਮਾ ਉਹ ਇੱਕ ਹੋਰ ਐਨ ਜੀਓ ਚਲਾ ਰਹੇ ਨੇ ਸਾਥ ਉਸ ਦਾ ਨਾਂ ਹੈ ਅਸੀਂ ਡੇ ਐਂਡ ਨਾਈਟ ਨਿਊਜ਼ ਵਿੱਚ ਇਸ ਮੁੱਦੇ ਤੇ ਕਈ ਵਾਰ ਵਿਚਾਰ ਚਰਚਾ ਕਰ ਚੁੱਕੇ ਹਾਂ ਪਰ ਤੁਹਾਡੀ ਗੱਲ ਠੀਕ ਹੈ ਕਿ ਸਾਨੂੰ ਹੋਰ ਉਪਰਾਲੇ ਕਰਨੇ ਚਾਹੀਦੇ ਨੇ ਮੇਰਾ ਵੈਸੇ ਨਿੱਜੀ ਵਿਚਾਰ ਹੈ ਕਿ ਸਾਡੇ ਵਰਗੇ ਮੁਲਕ ਦੇ ਵਿੱਚ ਜਿੱਥੇ ਆਬਾਦੀ ਬਹੁਤ ਜ਼ਿਆਦਾ ਹੈ ਉੱਥੇ ਰੇਲ ਆਵਾਜਾਈ ਦੇ ਸਾਧਨ ਵਿੱਚ ਇੰਪਰੂਵਮੈਂਟ ਦੀ ਲੋੜ ਹੈ ਇਸ ਨਾਲ ਸੜਕਾਂ ਤੇ ਜਿਹੜਾ ਟ੍ਰੈਫਿਕ ਹੈ ਉਹ ਕਾਫੀ ਘੱਟ ਜਾਏਗਾ ਪਰ ਅੱਗੇ ਵਧਣ ਤੋਂ ਪਹਿਲਾਂ ਰੋਡ ਐਕਸੀਡੈਂਟਸ ਬਾਰੇ ਅਸੀਂ ਇੱਕ ਛੋਟੀ ਜਿਹੀ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਆਓ ਦੇਖਦੇ ਹਾਂ ਸ਼ਾਰਟਲਿਸਟ ਕੀਤੇ ਜੀ ਏਰੀਆਜ਼ 380 ਹੈਗੇ ਨੇ ਸਾਡੇ ਬਲੈਕ ਸਪots ਜਿੱਥੇ ਰਿਪੀਟਿਡਲੀ ਬਾਰ-ਬਾਰ ਐਕਸੀਡੈਂਟਸ ਹੁੰਦੇ ਨੇ ਉਹ 380 ਨੇ ਤੇ ਉਹਨਾਂ ਨੂੰ ਅਸੀਂ ਜਿਹੜੇ ਉਹਨਾਂ 'ਚ ਕੋਈ ਇੰਜੀਨੀਅਰਿੰਗ ਡਿਫੈਕਟ ਹੈ ਜਾਂ ਉਹ ਉਹਦੇ ਬਾਰੇ ਅਸੀਂ ਉਹਨਾਂ ਨੂੰ ਕੰਸਰਨਡ ਡਿਪਾਰਟਮੈਂਟ ਨੂੰ ਕਹਿ ਕੇ ਉਹਨਾਂ ਦੇ ਡਿਫੈਕਟ ਰਮੂਵ ਕਰਾਂ ਦੀ ਕੋਸ਼ਿਸ਼ ਆ ਇਸ ਮਸਲੇ ਤੇ ਅਸੀਂ ਤੁਹਾਡੇ ਸਭ ਦੇ ਜਿਹੜੇ ਨਾਰਥ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਸੁਝਾਵਾਂ ਦੀ ਵੀ ਇੰਤਜ਼ਾਰ ਕਰਾਂਗੇ ਸਾਡੇ ਨਾਲ ਦੋ ਕਾਲਰ ਜੁੜੇ ਹੋਏ ਨੇ ਆ ਸੁਣਦਿਓ ਕੀ ਕਹਿੰਦੇ ਨੇ ਹੈਲੋ 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 ਜੀ ਹੈਲੋ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਮੇਰਾ ਨਾ ਦਵਿੰਦਰ ਹੈ ਔਰ ਮੈਂ ਨਿਊਯਾਰਕ ਤੋਂ ਬੋਲਦਾ ਮੈਂ ਹਾਂਜੀ ਤੇ ਮੈਂ ਮੈਸੇਜ ਇਹ ਕਹਿਣਾ ਚਾਹੁੰਦਾ ਹੀ ਮੈਂ ਐਕਚੁਅਲੀ ਤੁਹਾਡਾ ਸ਼ੋਅ ਵੇਖਦਾ ਵੇ ਸੀ ਤੇ ਆਈ ਲਾਈਕ ਟੂ ਟਾਕ ਟਾਪਿਕ ਯੂ ਟਾਕਿੰਗ ਅਬਾਊਟ ਯਾ ਬਟ ਵਨ ਵੈਨ ਵੀ ਟਾਕਿੰਗ ਅਬਾਊਟ ਰੋਡ ਐਕਸੀਡੈਂਟਸ i was just in india like a couple of weeks ago okay. i see that that the roads are pretty well maintained yeah. now they're, they're they're working well but the thing is that the system is not proper people don't look out for their own safety ab tu si ki system de uh, uh, vich improvements karone chahunde je okay pehli gal de ek speed limit honi chahidi hai right <laughs> there should be a certain speed limit that gaddi oh speed limit te jaani chahidi hai Uh, uh, government should give out uh, police department or, or traffic uh, police department should give out violations to people that break the law and uh, the main thing is there has to be uh, corruption must be uh, killed and basically um, people should have uh, think about their life and another person's life before uh, um, driving a automobile uh, automobile vehicle so, and uh, my, so, G, G. My, other, uh, my other, message was that I heard uh, the fact that you were saying there's 7,000 liquor stores that just open in India. My question is that <clears throat> I don't think the 7,000 liquor stores are going to ruin the population, because the thing with in India is that even though there is a liquor store, there is not a liquor store. People know how to, a, a way to get uh, get their drugs like for instance i was in punjab and i seen that people that can't afford to buy alcohol make moonshine alcohol they make their own liquor at home so either way it's just getting you're just it's just that there has to be a system that controls the like that where we got to get justice you know people that break the law need to go to jail they need to realize that they're making a mistake so they they don't let it happen again ਬਿਲਕੁਲ ਤੁਹਾਡੇ ਸਾਨੂੰ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਚੰਗੇ ਸੁਝਾਅ ਦਿੱਤੇ ਆ ਇਹ ਬਿਲਕੁਲ ਠੀਕ ਹੈ ਕਿ ਜਿਹੜੇ ਇੱਥੇ ਟ੍ਰੈਫਿਕ ਵਾਇਓਲੇਟ ਕਰਦੇ ਆ ਉਹਨਾਂ ਨੂੰ ਜਿਵੇਂ ਤੁਹਾਡੇ ਮੁਲਕ ਦੇ ਵਿੱਚ ਕਹਿੰਦੇ ਟਿਕਟ ਮਿਲਣੀ ਚਾਹੀਦੀ ਅਸੀਂ ਕਹਿੰਦੇ ਚਲਾਨ ਹੋਣਾ ਚਾਹੀਦਾ ਪਰ ਸਾਡੇ ਇੱਥੇ ਚਲਾਨ ਹੁੰਦੇ ਰਹਿੰਦੇ ਆ ਪਰ ਫਿਰ ਵੀ ਭਾਵੇਂ 10 ਚਲਾਨ ਹੋ ਜਾਣ ਭਾਵੇਂ 50 ਚਲਾਨ ਹੋ ਜਾਣ ਪਰ ਜਿਹੜਾ ਲਾਇਸੈਂਸ ਹੈ ਉਹ ਕੈਨਸਲ ਨਹੀਂ ਹੁੰਦਾ ਕਿਉਂਕਿ ਜਿਹੜੇ ਲਾਇਸੈਂਸ ਆ ਉਹਦੇ ਤੇ ਪ੍ਰੋਪਰ ਪੰਚਿੰਗ ਦਾ ਸਿਸਟਮ ਨਹੀਂ ਹੈਗਾ ਸੋ ਇਹ ਬਿਲਕੁਲ ਅੱਛਾ ਸੁਝਾਅ ਆ ਕਿ ਇੱਕ ਵਾਇਓਲੇਸ਼ਨ ਜਾਂ ਦੋ ਵਾਇਓਲੇਸ਼ਨ ਜਾਂ ਤਿੰਨ ਵਾਰਨਿੰਗ ਮਿਲਣੀ ਚਾਹੀਦੀ ਆ ਜਾਂ ਲਾਇਸੈਂਸ ਕੈਨਸਲ ਹੋਣ ਦਾ ਡਰ ਹੋਣਾ ਚਾਹੀਦਾ ਲੋਕਾਂ ਨੂੰ ਅ ਦੂਸਰੀ ਗੱਲ ਇਹ ਹੈਗੀ ਕਿ ਜਿਹੜੇ ਤੁਸੀਂ ਕਿਹਾ ਕਿ 7000 ਲਿਕਰ ਸਟੋਰ 7000 ਲਿਕਰ ਸਟੋਰ ਜਿਹੜੇ ਆ ਸਿਰਫ ਪੰਜਾਬ ਦੇ ਵਿੱਚ ਨੇ ਹਿੰਦੁਸਤਾਨ ਦੇ ਵਿੱਚ ਤੇ ਲੱਖਾਂ ਹੀ ਲਿਕਰ ਸਟੋਰ ਹੋਣਗੇ ਔਰ ਇਹਨਾਂ ਚੋਂ ਬਹੁਤ ਸਾਰੇ ਲਿਕਰ ਸਟੋਰ ਜਿਹੜੇ ਆ ਉਹ ਸੜਕ ਦੇ ਕਿਨਾਰੇ ਤੇ ਖੁੱਲੇ ਆ ਉਹਦਾ ਮਤਲਬ ਇਹ ਹੈ ਅੰਦਾ ਕਿ ਲੋਕੀ ਉੱਥੇ ਜਾਂਦੇ ਆ ਲਿਕਰ ਖਰੀਦ ਕੇ ਉੱਥੇ ਹੀ ਪੀ ਕੇ ਫਿਰ ਸੜਕ ਦੇ ਉੱਤੇ ਡਿੱਗਦੇ ਜਿਹੜੇ ਆ ਜਾਂਦੇ ਆ ਔਰ ਕਈ ਥੜੀਆਂ ਗੱਡੀਆਂ ਦੇ ਥੱਲੇ ਆ ਜਾਂਦੇ ਕਿਉਂਕਿ ਉੱਥੇ ਹਾਈ ਸਪੀਡ ਵਹੀਕਲਸ ਵੀ ਉੱਥੋਂ ਉਸ ਉੱਥੋਂ ਹੀ ਨੰਗਰੀਆਂ ਹੁੰਦੀਆਂ ਵਾ ਇਹ ਬਿਲਕੁਲ ਠੀਕ ਹੈ ਕਿ ਪ੍ਰੋਪਰ ਜਾਇਜ਼ ਸ਼ਰਾਬ ਮਿਲਣ ਦੇ ਨਾਲ-ਨਾਲ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਨਜਾਇਜ਼ ਜਿਹੜੀ ਸ਼ਰਾਬ ਆ ਉਹ ਵੀ ਬਣਦੀ ਹੈ ਪਾਰਟਿਕੁਲਰਲੀ ਬਾਰਡਰ ਏਰੀਆਜ਼ ਦੇ ਵਿੱਚ ਰਿਵਰਾਈਨ ਏਰੀਆਜ਼ ਦੇ ਵਿੱਚ ਕਈ ਸਾਡੇ ਲੋਕੀ ਜਿਹੜੇ ਇਸ ਦੇ ਵਿੱਚ ਕਾਫੀ ਮਾਹਰ ਹੈਗੇ ਆ ਇਹਦੇ ਵਿੱਚ ਪੁਲਿਸ ਦੀ ਔਰ ਲੋਕਲ ਅਫੀਸ਼ੀਅਲਸ ਦੀ ਮਿਲੀਭੁਗਤ ਦੀਆਂ ਗੱਲਾਂ ਵੀ ਅਸੀਂ ਸੁਣਦੇ ਆ ਰਹੇ ਹਾਂ ਸੋ ਬਿਲਕੁਲ ਠੀਕ ਹੈ ਲਾ ਇਨਫੋਰਸ ਕਰਨ ਦੀ ਬਹੁਤ ਸਖਤ ਜ਼ਰੂਰਤ ਹੈਗੀ ਆ ਔਰ ਸ਼ਾਇਦ ਇੱਥੇ ਹੀ ਸਾਨੂੰ ਹੁਣ ਤੱਕ ਜਿਹੜੀ ਕਮੀ ਆ ਮਹਿਸੂਸ ਹੁੰਦੀ ਰਹੀ ਐ ਇਸੇ ਕਰਕੇ ਕਰੀਬ 7-8000 ਬੰਦਾ ਹਰ ਸਾਲ 3-4000 ਬੰਦਾ ਹਰ ਸਾਲ ਸੜਕ ਹਾਦਸਿਆਂ ਦੇ ਵਿੱਚ ਮੌਤ ਦੇ ਘਾਟ ਉੱਤੇ ਜਾਂਦਾ ਵਾ ਸੜਨ ਨਾਲ ਇੱਕ ਨਾਰਥ ਅਮਰੀਕਾ ਤੋਂ ਕਾਲਰ ਜੁੜੇ ਹੋਏ ਹਨ ਸੁਣਦੇ ਆ ਕੀ ਕਹਿੰਦੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਰੇ ਤੁਸੀਂ ਕਿੱਥੋਂ ਬੋਰੇ ਜੇ ਮੈਂ ਸਿਆਤਲ ਤੋਂ ਬੋਲ ਰਹਾ ਹਾਂ ਰਣਜੋਤ ਸਿੰਘ ਹਾਂਜੀ ਰਣਜੋਤ ਸਿੰਘ ਜੀ ਹੁਕਮ ਕਰੋ ਹਾਂਜੀ ਆਪਾਂ ਐਕਸੀਡੈਂਟਾਂ ਦੀ ਗੱਲ ਕਰ ਰਹੇ ਹਾਂ ਜੀ ਇੰਡੀਆ ਦੇ ਵਿੱਚ ਤੇ ਅਕਸਰ ਰੋਜ਼ ਖਬਰਾਂ ਆਉਂਦੀਆਂ ਨੇ ਜੀ ਇੱਕ ਗੱਲ ਦੇਖਣ ਨੂੰ ਮਿਲਦੀ ਆ ਜਦ ਕੋਈ ਵੀ ਵੱਡਾ ਹਾਦਸਾ ਹੋ ਜਾਂਦਾ ਉਸ ਤੋਂ ਬਾਅਦ ਕਹਿੰਦੇ ਆ ਡਰਾਈਵਰ ਭੱਜ ਗਿਆ ਜੀ ਤੇ ਡਰਾਈਵਰ ਕੋਈ ਇਹਨਾਂ ਕੋਲ ਕਾਨੂੰਨ ਨਹੀਂ ਬਣ ਸਕਦਾ ਹੈਗਾ ਸਾਡੇ ਆਹ ਮੁਲਕਾਂ 'ਚ ਕੋਈ ਡਰਾਈਵਰ ਭੱਜ ਕੇ ਦਿਖਾਵੇ ਹਿੱਟ ਐਂਡ ਰਨ ਦੇ ਵਿੱਚ ਉਹਨੂੰ ਡਬਲ ਠੋਕ ਦਿਆ ਫੜ ਕੇ ਬਹੁਤ ਚੰਗਾ ਸੁਝਾਤਾੜਾ ਦਿੱਤਾ ਪਰ ਉਹਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਆ ਕਿ ਇੱਥੇ ਡਰਾਈਵਰ ਇਸ ਕਰਕੇ ਨਾਰਮਲੀ ਪਜਦੇ ਆ ਕਿਉਂਕਿ ਉਹ ਬਾਅਦ ਦੇ ਵਿੱਚ ਡਰਾਈਵਰ ਦੇ ਥਾਂ ਤੇ ਦੂਜਾ ਡਰਾਈਵਰ ਪੇਸ਼ ਕਰ ਦਿੱਤਾ ਜਾਂਦਾ ਜੇ ਕੋਈ ਲੈਟ ਅਸ ਸੇ ਵੀਆਈਪੀ ਇਨਵੋਲਡ ਆ ਜਾਂ ਕੋਈ ਵੱਡਾ ਬੰਦਾ ਇਨਵੋਲਡ ਆ ਜਾਂ ਇਨਫਲੂਐਂਸ਼ੀਅਲ ਪੈਸੇ ਵਾਲਾ ਬੰਦਾ ਇਨਵੋਲਡ ਆ ਤੇ ਉਹ ਉਸ ਵੇਲੇ ਪਜ ਜਾਂਦਾ ਮੌਕੇ ਤੋਂ ਔਰ ਬਾਅਦ ਦੇ ਵਿੱਚ ਉਹ ਕਹਿ ਦਿੰਦੇ ਜੀ ਇਹ ਬੰਦਾ ਗੱਡੀ ਨਹੀਂ ਸੀ ਚਲਾ ਰਿਆ ਉਹਦਾ ਡਰਾਈਵਰ ਜਾਂ ਉਹਦਾ ਨੌਕਰ ਜਾਂ ਕੋਈ ਹੋਰ ਗੱਡੀ ਚਲਾ ਰਿਆ ਸੀ ਔਰ ਉਹਨਾਂ ਨੂੰ ਉਹ ਪੈਸੇ ਦੇ ਦਿੰਦੇ ਆ ਸੋ ਪ੍ਰਾਇਮਰਲੀ ਜਿਹੜੇ ਲੋਕੀ ਪਜ ਉਹ ਇੰਨਾ ਕੰ ਇੰਨਾ ਰੀਜਨਸ ਕਰਕੇ ਭਜਦੇ ਆ ਤੁਹਾਡੇ ਮੁਲਕ ਦੇ ਵਿੱਚ ਔਰ ਉਹਨਾਂ ਮੁਲਕਾਂ ਦੇ ਵਿੱਚ ਸ਼ਾਇਦ ਕੋਈ ਕਿਸੇ ਵਾਸਤੇ ਪਨਿਸ਼ਮੈਂਟ ਲੈਂਡ ਨੂੰ ਕਿਸੇ ਵਾਸਤੇ ਖੜੇ ਹੋਣ ਨੂੰ ਕਿਸੇ ਵਾਸਤੇ ਪੇਸ਼ੀ ਭੁਗਤਣ ਨੂੰ ਸਜ਼ਾ ਭੁਗਤਣ ਵਾਸਤੇ ਸ਼ਾਇਦ ਤਿਆਰੀ ਨਹੀਂ ਹੁੰਦਾ ਸੋ ਮੁੱਖ ਕਾਰਨ ਮੇਰੇ ਖਿਆਲੇ ਡਰਾਈਵਰ ਭਜੰਦਾ ਇੱਥੇ ਇਹ ਹੈ ਔਰ ਇਸੇ ਤਰ੍ਹਾਂ ਹੀ ਇਹ ਦਿਖਦੇ ਆ ਕਿ ਦੋ ਤਿੰਨ ਦਿਨ ਬਾਅਦ ਉਹ ਜਿਹੜਾ ਡਰਾਈਵਰ ਹੁੰਦਾ ਜਾਂ ਉਹਦੀ ਥਾਂ ਤੇ ਜਿਹੜੇ ਕਿਸੇ ਹੋਰ ਨੇ ਖੜੇ ਹੋਣਾ ਉਹ ਪੇਸ਼ ਹੋ ਜਾਂਦੇ ਆ ਸੋ ਇਹ ਮੁੱਖ ਕਾਰਨ ਹੈਗਾ ਵਾ ਇੱਥੇ ਵੈਸੇ ਗੱਲ ਠੀਕ ਆ ਕਿ ਜੇ ਅਸੀਂ ਇਹ ਕਹਿ ਦਈਏ ਕਿ ਪ੍ਰੂਫ ਹੋ ਜਾਏ ਕਿ ਅਸਲੀ ਡਰਾਈਵਰ ਇਹ ਸੀ ਤੇ ਜਿਹੜੀ ਸਜ਼ਾ ਵਾਓ ਜੇ 2 ਜਾਂ 3 ਗੁਣਾ ਹੋ ਜਵੇ ਤੇ ਸ਼ਾਇਦ ਇਹ ਜਿਹੜੇ ਡਰਾਈਵਰ ਉਥੇ ਮੌਕੇ ਤੋਂ ਭੱਜ ਜਾਂਦੇ ਆ ਉਹ ਨਾ ਭੱਜ ਸਕਣ ਇੱਕ ਇੱਕ ਵੀ ਰੀਜ਼ਨ ਹੈ ਕਿਉਂਕਿ ਲੋਕੀ ਉਥੋਂ ਭੱਜ ਇਸ ਕਰਕੇ ਜਾਂਦੇ ਆ ਕਿਉਂਕਿ ਉੱਥੇ ਮੌਬ ਇਕੱਠਾ ਹੋ ਜਾਂਦਾ ਜਦੋਂ ਕਿਤੇ ਡਰਾਈਵਰ ਯੂ نو ਐਕਸੀਡੈਂਟ ਹੁੰਦਾ ਕੋਈ ਔਰ ਬਹੁਤ ਸਾਰੇ ਡਰਾਈਵਰਸ ਨੂੰ ਇਹ ਖਤਸ਼ਾ ਹੁੰਦਾ ਕਿ ਉਹਨਾਂ ਨੂੰ ਲੋਕੀ ਕੁੱਟ-ਕੁੱਟ ਕੇ ਮਾਰ ਨਾ ਦੇਣ ਸੋ ਇਸ ਕਰਕੇ ਜਦੋਂ ਕਿਤੇ ਟਰੱਕ ਡਰਾਈਵਰ ਜਾਂ ਕੋਈ ਬੱਸ ਡਰਾਈਵਰ ਜਾਂ ਕੋਈ ਕਾਰ ਦਾ ਡਰਾਈਵਰ ਮੌਕੇ ਤੇ ਐਕਸੀਡੈਂਟ ਕਰਦਾ ਤੇ ਉਹ ਆਸ-ਪਾਸ ਵੇਂਦਾ ਵਾਕੀ ਇੱਥੇ ਲੋਕੀ ਕਿੰਨੇ ਖੈਗੇ ਜੇ ਲੋਕੀ ਇਕੱਠੇ ਹੋਣ ਲੱਗਦੇ ਆ ਔਰ ਲੋਕਾਂ ਦਾ ਗੁੱਸਾ ਵੇਖ ਕੇ ਉਹ ਨਾਰਮਲੀ ਉਥੋਂ ਦੌੜ ਜਾਂਦੇ ਆ ਸੋ ਥੈਟ ਉਦੋਂ ਉਹਨਾਂ ਦੀ ਜਾਨ ਬਚ ਜਾਵੇ ਸੋ ਇਸ ਤਰ੍ਹਾਂ ਦੇ ਕਈ ਕਾਰਨ ਆ ਪਰ ਆਪਾਂ ਇਹ ਜਿਹੜੀ ਮੁੱਦਾ ਵਾਏ ਨੂੰ ਆਪਾਂ ਇਹਦੇ ਤੇ ਚਰਚਾ ਕਰਦੇ ਰਾਵਾਂਗੇ ਇੱਕ ਬਹੁਤ ਸੀਰੀਅਸ ਇਸ਼ੂ ਆ ਔਰ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ ਹੁਣ 3000 ਦੀ ਕਰੀਬ ਫਿਗਰ ਆ ਜਿਹਦੇ ਹਰ ਸਾਲ ਲੋਕੀ ਮਾਰੀ ਜਾਂਦੇ ਸੜਕਾਂ ਦੇ ਉੱਤੇ ਇਹ ਹੌਲੀ-ਹੌਲੀ ਕਟਾ ਕੇ वैसे तो ये इक्विना बंदा मरे तो बहुत अच्छी गल है पर शायद वो ते मुमकिन नहीं होऊंगा पर जिन्ने भी एक्सीडेंट ਘਟ ਜਾਣ वो एक अच्छी अच्छी गल होगी और ਹੁਣ ਹਰਪਿੰਦਰ ਸਿੰਘ ਨੇ ਨਿਊਯਾਰਕ ਤੋਂ ਸਾਨੂੰ ਇੱਕ ਈਮੇਲ ਰਾਈ ਵਧਾਈ ਦਿੱਤੀ ਭੇਜੀ ਹੈ ਉਹਨਾਂ ਕਹਿਆ ਹੈ ਕਿ ਅਸੀਂ ਗੁਰਦੁਆਰਿਆਂ ਵਿੱਚ ਅਤੇ ਸਿੱਖੀਜ਼ਮ ਵਿੱਚ ਜਿਹੜੀ ਕਾਸਟਿਜ਼ਮ ਯਾਨੀ ਯਾਨੀ ਜਾਤੀਵਾਦ ਆ ਗਿਆ ਹੈ ਉਸ ਮੁੱਦੇ ਨੂੰ ਚੁੱਕਿਆ ਹੈ ਇਹਦੇ ਵਾਸਤੇ ਸਾਨੂੰ ਉਹਨਾਂ ਵਧਾਈ ਦਿੰਦੀ ਹੈ ਉਹਨਾਂ ਕਹਿਆ ਹੈ ਕਿ ਇਸ ਇਸ਼ੂ ਦੇ ਉਤੇ ਸਾਨੂੰ ਹੋਰ ਵੀ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਹਰਪਿੰਦਰ ਤੁਹਾਡਾ ਈਮੇਲ ਭੇਜਣ ਵਾਸਤੇ ਬਹੁਤ ਬਹੁਤ ਧੰਨਵਾਦ ਸ਼ਵਿੰਦਰ ਕੌਰ ਐਪਟੋਸ ਕੈਲੀਫੋਰਨੀਆ ਤੋਂ ਇੱਕ ਈਮੇਲ ਰਾਈ ਹਾਂ ਐਪਟੋਸ ਕੈਲੀਫੋਰਨੀਆ ਤੋਂ ਇੱਕ ਈਮੇਲ ਰਾਈ ਲਿਖਦੇ ਨੇ ਕਿ ਜਿਹੜਾ ਡੇਰਾਵਾਦ ਪੰਜਾਬ ਵਿੱਚ ਵੱਧ ਗਿਆ ਹੈ ਇਸ ਲਈ ਕੌਣ ਜ਼ਿੰਮੇਵਾਰ ਹੈ ਕਿ ਡੇਰਿਆਂ ਨੂੰ ਕਾਨੂੰਨ ਰਾਈ ਰੋਕਿਆ ਜਾ ਸਕਦਾ ਹੈ ਇਹਨਾਂ ਨੂੰ ਬੰਦ ਕੀਤਾ ਜਾ ਸਕਦਾ ਹੈ ਸ਼ਵਿੰਦਰ ਕੌਰ ਜੀ ਤੁਹਾਡਾ ਈਮੇਲ ਭੇਜਣ ਵਾਸਤੇ ਧੰਨਵਾਦ ਇੱਕ ਡੈਮੋਕਰੈਟਿਕ ਮੁਲਕ ਜਿਵੇਂ ਅਸੀਂ ਇੱਕ ਡੈਮੋਕਰੈਟਿਕ ਮੁਲਕ ਦੇ ਵਿੱਚ ਰਹਿ ਰਹੇ ਹਾਂ ਉੱਥੇ ਹਰ ਇਨਸਾਨ ਨੂੰ ਆਪਣੀ ਗੱਲ ਕਹਿਣ ਦੀ ਅਤੇ ਆਪਣਾ ਧਰਮ ਅਪਣਾਉਣ ਦੀ ਪੂਰੀ ਆਜ਼ਾਦੀ ਹੈ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਬਣ ਸਕਦਾ ਜਿੱਥੇ ਕਿਸੇ ਧਰਮ ਨੂੰ ਜਾਂ ਕਿਸੇ ਸੈਕਟ ਨੂੰ ਜਾਂ ਕਿਸੇ ਡੇਰੇ ਨੂੰ ਜਾਂ ਡੇਰੇ ਦੇ ਉੱਤੇ ਪਾਬੰਦੀ ਲਾਈ ਜਾ ਸਕੇ ਪਰ ਸਾਨੂੰ ਸਭ ਨੂੰ ਲੋੜ ਹੈ ਆਪਣੇ ਵਿੱਚ ਆਪ ਚਾਤੀ ਮਾਰਨ ਦੀ ਵੈਸੇ ਜੇ ਡੇਰਾਵਾਲ ਦੀ ਡੇਰਾਵਾਲ ਦੀ ਗੱਲ ਕਰੀਏ ਤਾਂ ਇਹ ਬਹੁਤ ਪੁਰਾਣਾ ਹੈ ਸ਼ਾਇਦ ਉਹਨਾਂ ਹੀ ਪੁਰਾਣੇ ਹੈ ਜਿਨ੍ਹਾਂ ਨੇ ਸਾਡੇ ਬਾਕੀ ਧਰਮ ਔਰ ਇਨਕਲੂਡਿੰਗ ਸਿੱਖ ਧਰਮ ਕਈ ਡੇਰੇ ਜਿਵੇਂ ਕਿ ਨਿਰਮਲਾਸ ਜਿਹੜੇ ਆ ਉਹ ਕਈ ਸਦੀਆਂ ਪੁਰਾਣੇ ਨੇ ਇਸ ਵੇਲੇ ਇੱਕ ਅਨੁਮਾਨ ਮੁਤਾਬਕ ਪੰਜਾਬ 'ਚ ਕਰੀਬ 8 ਤੋਂ 9000 ਡੇਰੇ ਹਨ ਜਿਹੜੇ ਲਾਕੇ ਜਾਈ ਉੱਥੇ ਹੀ ਇੱਕ ਪੁੱਟੀਏ ਤੋਂ ਉੱਥੇ ਹੀ ਡੇਰਾ ਕੋਈ ਨਾ ਕੋਈ ਬਾਰੇ ਸੁਣਨਾ ਸਰਨ ਨੂੰ ਮਿਲ ਜਾਂਦਾ ਵਾ ਚਾਰ ਤੋਂ ਪੰਜ ਜਿਹੜੇ ਮੁੱਖ ਡੇਰੇ ਚਰਚਾ 'ਚ ਹਨ ਉਹ ਹਨ ਰਾਧਾ ਸਵਾਮੀ ਸਤਸੰਗ ਜਿਸ ਦਾ ਬਿਆਸ ਵਿੱਚ ਹੈੱਡਕੁਆਟਰਸ ਹੈ ਬਹੁਤ ਪੌਪੂਲਰ ਡੇਰਾ ਹੈ ਲੱਖਾਂ ਦੀ ਲੱਖਾਂ ਦੀ ਇਹਨਾਂ ਦੀ ਇਹਨਾਂ ਦੇ ਸ਼ਰਧਾਲੂ ਨੇ ਲੱਖਾਂ ਦੀ ਤਦਾਦ ਦੇ ਵਿੱਚ ਡੇਰਾ ਸੱਚਖੰਡ ਬੱਲਾ ਜਿਹੜਾ ਜਲੰਧਰ ਦੇ ਨੇੜੇ ਹੈ ਉਹਦੀ ਵੀ ਬਹੁਤ ਜ਼ਿਆਦਾ ਉਹਦੀ ਮਾਨਤਾ ਵਾ ਡੇਰਾ ਪੁਨਿਆਰਾਂ ਵਾਲਾ ਜਿਹੜਾ ਰੋਪੜ ਦੇ ਨੇੜੇ ਹੈ ਇੱਕ ਉਹ ਕਾਫੀ ਵਿਵਾਦਾਂ ਦੇ ਵਿੱਚ ਵੀ ਰਿਹਾ ਹੈ ਦੂਸਰਾ ਡੇਰਾ ਹੈ ਡੇਰਾ ਸੱਚਾ ਸੌਦਾ ਜਿਹੜਾ ਸਿਰਸਾ ਵਿੱਚ ਹੈ ਉਹ ਵੀ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਰਿਹਾ ਹੈ ਹੁਣ ਵੀ ਹੈ ਬਹੁਤ ਡੇਰੇ 1960 ਔਰ 70 ਦੇ ਦੇ ਵਿਚਕਾਰ ਖੜੇ ਹੋਏ ਅਤੇ ਕੁਝ ਲੋਕਾਂ ਦੀ ਇਹ ਫੀਲਿੰਗ ਹੈ ਕਿ ਇਹ ਇਸ ਕਰਕੇ ਹੋਂਦ ਵਿੱਚ ਆਏ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਹੋਰ ਸੰਸਥਾਵਾਂ ਨੇ ਇਸ ਸੰਸਥਾ ਐਸਜੀਪੀਸੀ ਨੇ ਔਰ ਇਸ ਇਸ ਤਰ੍ਹਾਂ ਦੀ ਹੋਰ ਸੰਸਥਾਵਾਂ ਨੇ ਔਰ ਬਾਕੀ ਧਰਮਾਂ ਦੀਆਂ ਵੀ ਇਹੋ ਜਿਹੀਆਂ ਸੰਸਥਾਵਾਂ ਨੇ ਦਲਿਤ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਉਹ ਮਾਨਤਾ ਉਹ ਪਿਆਰ ਨਹੀਂ ਦਿੱਤਾ ਜਿਸ ਦੀ ਉਹਨਾਂ ਨੂੰ ਆਸ ਸੀ ਜਾਂ ਉਹ ਜਿਹੜੀ ਆਸ ਕਰਦੇ ਸਨ ਹੁਣ ਦੇ ਹਾਲਾਤ ਇਹ ਇਹ ਹਨ ਕਿ ਹਰ ਇਲਾਕੇ ਵਿੱਚ ਕੋਈ ਨਾ ਕੋਈ ਜਿਵੇਂ ਦੱਸਿਆ ਕੋਈ ਡੇਰਾ ਪਰਫੁੱਲਤ ਹੈ ਅਤੇ ਇਹਨਾਂ ਦੀ ਚੋਣਾਂ ਵੇਲੇ ਬਹੁਤ ਮਾਨਤਾ ਵਜ ਜਾਂਦੀ ਹੈ ਸਾਰੇ ਸਿਆਸੀ ਲੀਡਰ ਪਾਵੇਂ 1 ਤੋਂ ਲੈ ਕੇ 100 ਤੱਕ ਗਿਣਤੀ ਕਰ ਲਈਏ ਸਾਰੇ ਸਿਆਸੀ ਲੀਡਰ ਇਹਨਾਂ ਡੇਰਾਂ ਕੋਲ ਜਾਂਦੇ ਆ ਕਿਉਂਕਿ ਇਹਨਾਂ ਦੀ ਮੰਨਤਾ ਬਹੁਤ ਹੈ ਮੈਨੂੰ ਯਾਦ ਹੈ ਕਿ ਡਾਕਟਰ ਬਲਕਾਰ ਸਿੰਘ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਹਨ ਬਹੁਤ ਚੰਗੇ ਸਿੱਖ ਵਿਦਵਾਨ ਹਨ ਉਹਨਾਂ ਇੱਕ ਵਾਰੀ ਕਿਹਾ ਸੀ ਕਿ ਜਦੋਂ ਜਥੇਦਾਰ ਟੋਰਾ ਜਿਉਂਦੇ ਸਨ ਤਾਂ ਉਹ ਕਹਿੰਦੇ ਹੁੰਦੇ ਸਨ ਕਿ ਕੋਈ ਵੱਡੀ ਗੱਲ ਨਹੀਂ ਹੋ ਜੇ ਕਿਸੇ ਵੇਲੇ ਉਹਨਾਂ ਦੇ ਨਾਂ ਤੇ ਵੀ ਕੋਈ ਡੇਰਾ ਡੇਰਾ ਖੜਾ ਹੋ ਜਾਵੇ ਪਰ ਜੇ ਆਪਾਂ ਮਜ਼ਾਕ ਛੱਡੀਏ ਤਾਂ ਇਹ ਮੰਨਣਾ ਪਊ ਕਿ ਇਹਨਾਂ ਵਿੱਚੋਂ ਕਈ ਡੇਰੇ ਬਹੁਤ ਸਾਰੇ ਡੇਰੇ ਬਹੁਤ ਚੰਗਾ ਕੰਮ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਅਤੇ ਜੋ ਸਰਕਾਰ ਜਾਂ ਐਸਜੀਪੀਸੀ ਵਰਗੀਆਂ ਸੰਸਥਾਵਾਂ ਉਹਨਾਂ ਵਾਸਤੇ ਲੋਕਾਂ ਵਾਸਤੇ ਨਹੀਂ ਕਰ ਸਕਦੀਆਂ ਇਹ ਡੇਰੇ ਕਰ ਰਹੇ ਨੇ ਕਿਉਂਕਿ ਤੁਸੀਂ ਮੈਨੂੰ ਸਵਾਲ ਪੁੱਛਿਆ ਹੈ ਮੇਰਾ ਆਪਣਾ ਮੰਨਣਾ ਹੈ ਕਿ ਡੇਰੇ ਅਤੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਇਸ ਕਰਕੇ ਵੀ ਸ਼ਾਇਦ ਪਰਫੁੱਲਤ ਹੋ ਰਹੀਆਂ ਨੇ ਕਿਉਂਕਿ ਸਰਕਾਰਾਂ ਲੋਕਾਂ ਦੀ ਭਲਾਈ ਕਰਨ ਦੀ بجائے ਲੋਕਾਂ ਉਤੇ ਹਕੂਮਤ ਕਰਨਾ ਚਾਹੁੰਦੀ ਆ ਨੇ ਜੇ ਸਰਕਾਰਾਂ ਆਪਣੀਆਂ ਸਰਕਾਰਾਂ ਸਿੱਖਿਆ ਨੂੰ ਸਿਹਤ ਲੋਕਾਂ ਨੂੰ ਸਿੱਖਿਆ ਸਿਹਤ ਰੋਟੀ ਕਪੜਾ ਮਕਾਨ ਮੁਹੱਈਆ ਕਰਵਾ ਸਕਣ ਤਾਂ ਕੋਈ ਵਜ੍ਹਾ ਨਹੀਂ ਕਿ ਲੋਕੀ ਇਹਨਾਂ ਡੇਰਾਂ ਤੱਕ ਨਾ ਜਾਣ ਹੁਣ ਇਹੋ ਲੋਕੀ ਜਿਹੜੇ ਆ ਸਾਧੂ ਸੰਤਾਂ ਜਾਂ ਗੁਰੂ ਜਿਹੜੇ ਲੋਕੀ ਆਪਣਿਆਂ ਨੂੰ ਮੰਨੀ ਬੈਠੇ ਆ ਉਹਨਾਂ ਕੋਲ ਜਾਂਦੇ ਆ ਇਹ ਇੱਕ ਬਹੁਤ ਵਿਵਾਦਿਤ ਮਸਲਾ ਹੈ ਜਿਸ ਉੱਪਰ ਆਪਾਂ ਜਿੰਨਾ ਚਿਰ ਮਰਜ਼ੀ ਵਿਚਾਰ ਵਟਾਂਦਰਾ ਕਰਦੇ ਰਹੀਏ ਮੈਨੂੰ ਪਤਾ ਹੈ ਇਸ ਇਸ਼ੂ ਦੇ ਉੱਤੇ ਬਹੁਤ ਲੋਕਾਂ ਦੇ ਬੜੇ ਸਟਰੋਂਗ ਥੀਵਿਊਜ਼ ਵੀ ਹਨ ਪਰ ਇਹ ਇਸ਼ੂ ਜਿਹੜਾ ਹੈ ਇਹ ਵਾਕਈ ਇਸ ਵੇਲੇ ਪੰਜਾਬ ਦੇ ਵਿੱਚ ਔਰ ਇਸ ਰੀਜਨ ਦੇ ਵਿੱਚ ਬਹੁਤ ਇਹਦੇ ਤੇ ਚਰਚਾ ਆਲਰੇਡੀ ਹੋ ਰਹੀ ਹੈ ਸਾਡੇ ਨਾਲ ਇੱਕ ਕਾਲਰ ਜੁੜੇ ਆਉਂਦੇ ਆਓ ਸੁਣਦੇ ਆ ਉਹ ਕੀ ਕਹਿੰਦੇ ਨੇ ਹੈਲੋ ਹੈਲੋ ਜੀ ਸਰ ਜੀ ਸਤਿ ਸ਼੍ਰੀ ਅਕਾਲ ਗੁਰਬਚਨ ਸਿੰਘ ਮਾਨ ਮਿਸ਼ੀगन ਤੋਂ ਬੋਲ ਰਿਹਾ ਜੀ ਕੀ ਹਾਲ ਨੇ ਤੁਹਾਡੇ ਹਾਂ ਜੀ ਮਾਨ ਸਾਹਿਬ ਮਿਸ਼ੀगन ਤੋਂ ਤੁਸੀਂ ਬੋਲ ਰਹੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਤੁਸੀਂ ਜੁੜੇ ਹਾਂ ਜੀ ਹੁਕਮ ਕਰੋ ਬੇਨਤੀ ਹੈ ਕਿ ਪਹਿਲੀ ਗੱਲ ਤੇ ਹੈ ਕਿ ਅਸੀਂ ਵੈਲਕਮ ਕਰਨਾ ਚਾਹੁੰਦੇ ਹਾਂ ਤੁਸੀਂ ਨਾਰਥ ਅਮਰੀਕਾ ਵੀ ਜਿਹੜਾ ਪ੍ਰੋਗਰਾਮ ਦੇ ਰਹੇ ਹੋ ਔਰ ਸਾਡੇ ਲੋਕਾਂ ਨੂੰ ਮੌਕਾ ਬਣੇਗਾ ਉਹਦੇ ਵਿੱਚ ਫੀਡ ਦੇਣ ਦਾ ਇਹ ਤੁਹਾਡਾ ਬਹੁਤ ਹੀ ਦਲੇਰਾਨਾ ਕਦਮ ਹੈ ਔਰ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਹੋ ਜੋ ਰੋਲ ਤੁਸੀਂ ਅਦਾ ਕਰ ਰਹੇ ਹੋ মিডিਏ ਦੇ ਵਿੱਚ ਬਹੁਤ ਲੋਕ ਤੁਹਾਡੇ ਹਾਂਦੇ ਨਹੀਂ ਹਨ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਐਕਸੀਡੈਂਟ ਦੇ ਸਬੰਧ ਵਿੱਚ ਜਿਹੜਾ ਤੁਸੀਂ ਚਰਚਾ ਕਰ ਰਹੇ ਸੋ ਉਹਦੇ ਸਬੰਧ ਵਿੱਚ ਸਾਨੂੰ ਸਾਹਿਬ ਇਹਨੀ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜੇ ਬਿਲਬੋਰਡ ਲੱਗੇ ਹੋਏ ਨੇ ਸੜਕਾਂ ਦੇ ਉੱਪਰ ਉਹਨਾਂ ਬਿਲਬੋਰਡ ਦੇ ਉੱਪਰ ਜੇ ਕਦੀ ਗਿੰਤੀ ਲਿਖਣ ਲੱਗ ਪੈਣ ਲੋਕ ਹੋ ਪੀ ਐਨੇ ਲੋਕ ਜਿਹੜੇ ਹੈਗੇ ਨੇ ਪੰਜਾਬ ਦੇ ਉਹਨਾਂ ਦੀ ਮਰਤੂ ਹੁੰਦੀ ਹੈਗੀ ਹੈ ਮੇਰਾ ਖਿਆਲ ਉਹ ਬਿਲਬੋਰਡ ਉਹ ਚਲਾਉਣ ਵਾਲੇ ਲੋਕਾਂ ਨੂੰ ਹੋਰ ਥੋੜਾ ਜਿਹਾ ਪਹਿ ਪੀਤ ਵੀ ਕਰਨਗੇ ਸ਼ਾਇਦ ਉਹਨਾਂ ਨੂੰ ਇਹ ਖਿਆਲ ਵੀ ਆਏਗਾ ਕਿ ਅਸੀਂ ਇਸ ਗਿਣਤੀ ਵਿੱਚ ਕਿਤੇ ਸ਼ਾਮਲ ਨਾ ਹੋ ਜਾਈਏ ਬਿਲਕੁਲ ਠੀਕ ਹੈ ਜੀ ਮਾਨ ਸਾਹਿਬ ਤੁਸੀਂ ਜਿਹੜੀ ਗੱਲ ਕਹੀ ਆ ਕਿ ਸੜਕਾਂ ਤੇ ਜੇ ਬਿਲਬੋਰਡਸ ਲਾ ਦਈਏ ਕਿ ਇਸ ਵੇਲੇ ਆਲਰੇਡੀ ਫਿਗਰ ਜਿਹੜੀ ਆ 2400 ਤੇ ਪਹੁੰਚ ਗਈ ਆ ਤੇ ਸ਼ਾਇਦ ਲੋਕਾਂ ਨੂੰ ਹੋਊਗਾ ਕਿ ਅਗਲਾ ਬੰਦਾ ਕਿਤੇ ਸਾਡੇ ਸਾਡੀ ਵਾਰੀ ਨਾ ਆ ਜੇ ਉੱਥੇ ਬਿਲਬੋਰਡ ਦੇ ਉੱਤੇ ਨੰਬਰ ਦੇ ਵਿੱਚ ਐਡੀਸ਼ਨ ਕਰਨ ਦੀ ਇੱਕ ਚੰਗਾ ਸੁਝਾਅ ਆ ਅਸੀਂ ਇੱਥੋਂ ਦੀਆਂ ਜਿਹੜੀਆਂ ਟ੍ਰੈਫਿਕ ਆਰਗੇਨਾਈਜੇਸ਼ਨਸ ਆ ਉਹਨਾਂ ਤੱਕ ਪਹੁੰਚਾਵਾਂਗੇ ਕੁਝ ਐਫਰਟ ਚੰਗੇ ਹੋ ਵੀ ਰਹੇ ਨੇ ਹਰਿਆਣਾ ਦੇ ਵਿੱਚ ਫੋਰ ਐਗਜ਼ਾਮਪਲ ਜਿਹੜੀ ਚੰਡੀਗੜ੍ਹ ਤੋਂ ਜਾਂ ਅੰਬਾਲਾ ਤੋਂ ਦਿੱਲੀ ਤੱਕ ਦੀ ਸੜਕ ਹੈ ਉਹਦੇ ਤੇ ਹਾਈਵੇ ਪੈਟਰੋਲਿੰਗ ਕਾਫੀ ਕਾਮਯਾਬ ਹੈ ਇਸ ਵੇਲੇ ਉੱਥੇ ਐਮ뷸ੈਂਸਸ ਵੀ ਖੜੀਆਂ ਰਹਿੰਦੀਆਂ ਨੇ ਔਰ ਉੱਥੇ ਕਾਫੀ ਤਰ੍ਹਾਂ ਦੇ ਟ੍ਰੈਫਿਕ ਇਨਸਟਰਕਸ਼ਨਸ ਵੀ ਸੜਕ ਦੇ ਉੱਤੇ ਲਿਖੀਆਂ ਹੋਈਆਂ ਨੇ ਪਰ ਅਸੀਂ ਵੇਖਿਆ ਵੀ ਬਹੁਤ ਥਾਵਾਂ ਤੇ ਹੁੰਦਾ ਕੀ ਆ ਕਿ ਜਿਵੇਂ ਟ੍ਰੈਫਿਕ ਰੋਡ ਸਪੀਡ ਜਿਹੜੀ ਲਿਮਿਟ ਆ ਉਹ ਸਪੀਡ ਲਿਮਿਟ ਮੈਂਸ਼ਨ ਦੇ ਕੀਤੀ ਹੁੰਦੀ ਆ ਪਰ ਉਹ ਇੰਨੇ ਛੋਟੇ ਲਫ਼ਜ਼ਾਂ ਚ ਮੈਂਸ਼ਨ ਕੀਤੀ ਹੁੰਦੀ ਕਿ ਜਦੋਂ ਤੁਸੀਂ ਸਪੀਡ ਤੇ ਜਾ ਰਹੇ ਜੇ ਤੇ ਨਾਰਮਲੀ ਨਿਗਾ ਹੀ ਨਹੀਂ ਮਾਰਦੇ ਕਿ ਇੱਥੇ ਤੁਸੀਂ 50 ਕਿਲੋਮੀਟਰ ਜਾਂ 70 ਕਿਲੋਮੀਟਰ ਤੋਂ ਵੱਧ ਗੱਡੀ ਨਹੀਂ ਚਲਾ ਸਕਦੇ ਸੋ ਜਦੋਂ ਤੁਹਾਨੂੰ ਉਹ ਬਾਅਦ ਵਿੱਚ ਰੋਕਦੇ ਆ ਤੇ ਦੱਸਦੇ ਜੀ ਤੁਸੀਂ ਸਪੀਡ ਵਾਇਲਟ ਕਰ ਰਹੇ ਸੀ ਤੇ ਤੁਸੀਂ ਆਂਦੇ ਜੀ ਸਪੀਡ ਹੈ ਕਿ ਨਹੀਂ ਇੱਥੇ ਸੋ ਇਸ ਕਰਕੇ ਇਕਤੇ ਜਿਹੜੀ ਉਹ ਸਪੀਡ ਲਿਮਿਟ ਆ ਉਹਨੂੰ ਬੜੇ ਵੱਡੇ ਅੱਖਰਾਂ ਚ ਲਿਖਣਾ ਚਾਹੀਦਾ ਔਰ ਜਿਵੇਂ ਤੁਸੀਂ ਆਪਕੀ ਆਫੀ ਜਿਹੜੀ ਹੁਣ ਤੱਕ ਦੀ ਐਕਸੀਡੈਂਟ ਟੋਲ ਟੈਲੀ ਹੈ ਉਹਨੂੰ ਰੈਗੂਲਰਲੀ ਅਪਡੇਟ ਸਾਨੂੰ ਕਰਨਾ ਚਾਹੀਦਾ ਵਾ ਔਰ ਇਸ ਦੇ ਨਾਲ ਨਾਲ ਹੋਰ ਵੀ ਕਈ ਕਦਮ ਚੁੱਕਣ ਦੀ ਲੋੜ ਆ ਹੁਣ ਅਸੀਂ ਜਿਵੇਂ ਟ੍ਰੈਫਿਕ ਪੁਲਿਸ ਜਿਹੜੀ ਆ ਉਹ ਕਦੀ ਕਦੀ ਉਥੇ ਨਾਕੇ ਲਾ ਕੇ ਤੇ ਲੋਕਾਂ ਦੇ ਚਲਾਨ ਕਰਦੀ ਆ ਮੇਰਾ ਮੰਨਣਾ ਵਾ ਕਿ ਇਸ ਤਰ੍ਹਾਂ ਦੇ ਜਿਹੜੇ ਨਾਕੇ ਆ ਉਹ ਰੈਗੂਲਰਲੀ ਸ਼ਾਇਦ ਆਪਾਂ 6 ਮਹੀਨੇ ਰੋਜ਼ ਲਾਈਏ ਸਵੇਰੇ ਸ਼ਾਮ ਸੋਦਰ ਲੋਕਾਂ ਨੂੰ ਪਤਾ ਲੱਗੇ ਕਿ ਜਦੋਂ ਵੀ ਅਸੀਂ ਵਾਇਓਲੇਟ ਕੀਤਾ ਸਾਰਾ ਚਲਾਨ ਹੋ ਜਾਣਾ ਹੁੰਦਾ ਕੀ ਹੈ ਕਿ ਤੁਸੀਂ 1 ਮਹੀਨਾ ਕੋਈ ਨਾਕਾ ਨਹੀਂ ਲਾਉਂਦੇ ਲੋਕੀ ਜਿਹੜੇ ਆ ਉਹ ਸਪੀਡ ਜਿਹੜੀ ਲਿਮਟ ਆ ਉਹਨੂੰ ਫੋਲੋ ਨਹੀਂ ਕਰਦੇ ਔਰ ਸਡਨਲੀ ਤੁਸੀਂ ਇੱਕ ਦਿਨ ਨਾਕਾ ਲਾ ਕੇ 5000 ਗੱਡੀ ਜਿਹੜੀ ਆ ਉਹ ਤੁਸੀਂ ਇੰਪਾਉਂਡ ਕਰ ਲਈ ਜਾਂ ਖੜੀ ਕਰ ਲਈ ਔਰ ਉਹਨੂੰ ਚਲਾਨ ਕਰਤਾ ਤੁਸੀਂ ਸੋ ਇਸ ਕਰਕੇ ਸਾਨੂੰ ਇਹ ਕਈ ਜਿਹੜੇ ਸਟੈਪਸ ਆ ਇਹ ਲੈਣੇ ਚਾਹੀਦੇ ਔਰ ਐਕਸੀਡੈਂਟਸ ਉਪਰ ਪਰਟੀਕੁਲਰਲੀ ਡਰੰਕਨ ਡਰਾਈਵਿੰਗ ਉਪਰ ਬਿਲਕੁਲ ਜ਼ੀਰੋ ਟੋਲਰੈਂਸ ਕਰਨੀ ਚਾਹੀਦੀ ਹੈ ਤੁਹਾਡੇ ਮੁਲਕਾਂ ਚ ਮੈਨੂੰ ਬਹੁਤ ਗੱਲ ਪਸੰਦ ਆਉਂਦੀ ਆ ਜੇ ਕੋਈ ਪਾਰਟੀ ਤੇ ਵੀ ਜਾਂਦਾ ਵਾ ਜਿੱਥੇ ਐਲਕੋਹੋਲਿਕ ਡਰਿੰਕ ਸਰਵ ਹੀ ਹੋ ਰਹੀਆਂ ਵਾ ਔਰ ਜੇ ਕਿਸੇ ਨੇ ਵਾਪਸ ਜਾਣਾ ਵਾ ਤੇ ਉਹ ਨਾਰਮਲੀ ਉਥੋਂ ਸ਼ਰਾਬ ਦਾ ਸੇਵਨ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਵਾ ਕਿ ਉਹਨੇ ਵਾਪਸ ਗੱਡੀ ਚਲਾ ਕੇ ਜਾਣਾ ਉਹਦਾ ਚਲਾਨ ਹੋ ਸਕਦਾ ਔਰ ਉਹਦਾ ਐਕਸੀਡੈਂਟ ਜੇ ਉਹਨੇ ਕਰਤਾ ਜਾਂ ਜੇ ਫੜਿਆ ਗਿਆ ਤੇ ਉਹਦਾ ਲਾਇਸੈਂਸ ਵੀ ਕੈਨਸਲ ਹੋ ਜਾਂਦਾ ਜੇ ਗਰੁੱਪ ਚ ਬੈਠੇ ਆ ਤੇ ਵਿੱਚੋਂ ਉਹ ਸ਼ਾਇਦ ਨਸ਼ਾ ਦਾ ਜਾਂ ਸ਼ਰਾਬ ਦਾ ਸੇਵਨ ਨਹੀਂ ਕਰੂਗਾ ਸੋ ਇਸ ਤਰ੍ਹਾਂ ਦੀ ਜ਼ੀਰੋ ਟੋਲਰੈਂਸ ਦੀ ਇੱਥੇ ਲੋੜ ਆ ਔਰ ਜਿਹੜੇ ਪਾਰਟਿਕੁਲਰਲੀ ਵੀਆਈਪੀ ਏਰੀਆਜ਼ ਆ ਉੱਥੇ ਟਾਰਗੇਟ ਕਰਨਾ ਚਾਹੀਦਾ ਜੇ ਵੀਆਈਪੀਜ਼ ਇਹੋ ਜੇ ਕੰਮ ਚ ਸ਼ਰਾਬੀ ਕੇ ਫੜੇ ਜਾਣਗੇ ਡਰੰਕ ਡਰਾਈਵਿੰਗ ਕਰਕੇ ਤੇ ਸ਼ਾਇਦ ਜਿਹੜੇ ਆਮ ਬੰਦੇ ਆ ਉਹਨਾਂ ਨੂੰ ਵੀ ਸਬਕ ਮਿਲੂਗਾ ਸਾਡੇ ਨਾਲ ਇੱਕ ਕਾਲਰ ਜੁੜੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਹੈਲੋ ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਜੀ ਤੇ ਤੁਹਾਡਾ ਕੀ ਨਾਮ ਆ ਔਰ ਕੀ ਕਹਿਣਾ ਚਾਹੁੰਦੇ ਜੀ ਮੈਂ ਚਰਖਾ ਜ਼ਿਲ੍ਹਾ ਬੰਦਪਿੰਗਰ ਤੋਂ ਬੋਲ ਰਿਹਾ ਸੁਖندر ਸਿੰਘ ਜੀ ਅੱਛਾ ਜੀ ਤੇ ਮੈਂ ਇਹ ਕਹਿਣਾ ਚਾਹਣਾ ਜੀ ਆਪਣੇ ਅੱਜ ਕੱਲ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਬੱਚੇ 15 ਸਾਲ ਦਾ ਬੱਚਾ ਦਾ ਮੋਟਰਸਾਈਕਲ ਜਾਂ ਗੱਡੀ ਚਲਾਈ ਜਾਂਦਾ ਤੇ ਉਹਦੇ ਬਾਅਦ ਕੀ ਕਰ ਰਹੇ ਹੋ ਦੁਬਾਰਾ ਦੱਸਿਓ ਮੈਨੂੰ ਪੂਰੀ ਤਰ੍ਹਾਂ ਹੀ ਗੱਲ ਸਮਝ ਨਹੀਂ ਆਈ ਜੇ ਮੰਨ ਲਈ ਆਪਣੇ 15 ਸਾਲ ਦਾ ਬੱਚਾ ਜਾਂ 13 ਸਾਲ ਦਾ ਬੱਚਾ ਜੀ ਮੋਟਰਸਾਈਕਲ ਡਰਾਈਵ ਕਰੀ ਜਾਂਦਾ ਗੱਡੀ ਡਰਾਈਵ ਕਰੀ ਜਾਂਦਾ ਤੇ ਉਹਦੇ ਬਾਅਦ ਕੀ ਇਰਥ ਕਰ ਸਕਦੇ ਜਿਹੜਾ 15 ਸਾਲ ਦਾ ਹੈ 14 ਸਾਲ ਦਾ ਬੱਚਾ ਗੱਡੀ ਚਲਾਈ ਜਾਂਦਾ ਹਾਂ ਜੀ ਹਾਂ ਬਿਲਕੁਲ ਜੀ ਇਹਦੇ ਤੇ ਸਖਤੀ ਹੋਣੀ ਚਾਹੀਦੀ ਆ ਪਹਿਲਾਂ ਤੇ ਸਾਡੇ ਜਿਹੜੇ ਜਿਹੜੇ ਮਾਪੇ ਆ ਉਹਨਾਂ ਨੂੰ ਹੀ ਧਿਆਨ ਕਰਨਾ ਚਾਹੀਦਾ ਵੀ ਜਿਹੜਾ ਉਹਨਾਂ ਦਾ ਬੱਚਾ ਜੇ ਉਹਨਾਂ ਦੀ ਗੱਡੀ ਚਲਾ ਕੇ ਬਾਹਰ ਜਾ ਰਿਹਾ ਤੇ ਉਹ ਆਪਣੀ ਜਾਨ ਤੇ ਖਤਰੇ ਚ ਪਾਈ ਰਿਹਾ ਵਾ ਲੋਕਾਂ ਦੀ ਜਾਨ ਵੀ ਪਾ ਰਿਹਾ ਲੋਕਾਂ ਦੀ ਜਾਨ ਵੀ ਜਿਹੜੀ ਆ ਖਤਰੇ ਚ ਪਾ ਰਿਹਾ ਕਈ ਜਿਹੜੇ ਮਾਪੇ ਆ ਅਨਫੋਰਚੂਨੇਟ ਗਾਲਿਆ ਉਹ ਇਹਦੇ ਚ ਬਹੁਤ ਪ੍ਰਾਊਡ ਫੀਲ ਕਰਦੇ ਆ ਉਹਨਾਂ ਨੂੰ ਬੜਾ ਮਾਣ ਆ ਕਿ ਸਾਡਾ ਜੀ ਬੱਚਾ 12 ਜਾਂ 13 ਸਾਲ ਦਾ ਵਾ ਔਰ ਉਹ ਗੱਡੀ ਚਲਾ ਲਿੰਦਾ ਸ਼ਾਦੇ ਸ਼ਰਮਨਾ ਗੱਲ ਆ ਇਨਫੈਕਟ ਇਹਦੇ ਤੇ ਪੇਰੈਂਟਸ ਨੂੰ ਤੇ ਸਖਤੀ ਕਰਨੀ ਚਾਹੀਦੀ ਔਰ ਜਿਹੜੀ ਲਾ ਐਨਫੋਰਸਮੈਂਟ ਏਜੰਸੀ ਆ ਉਹ ਜਦੋਂ ਕੋਈ ਇਹੋ ਜਿਹਾ ਬੱਚਾ ਗੱਡੀ ਚਲਾਉਂਦਾ ਫੜਿਆ ਜਾਂਦਾ ਵਾ ਉਹ ਪੇਰੈਂਟਸ ਦਾ ਲਾਇਸੈਂਸ ਜਿਹੜਾ ਵਾ ਉਹ ਜਿਹੜਾ ਵਾ ਸ਼ਾਇਦ ਕੈਨਸਲ ਕਰਨ ਦੀ ਲੋੜ ਆ ਔਰ ਸੋ ਦੈਟ ਪੇਰੈਂਟਸ ਨੂੰ ਲੱਗੇ ਕਿ ਜੇ ਸਾਡਾ ਬੱਚਾ ਅੰਡਰਏਜ ਡਰਾਈਵਿੰਗ ਕਰਦਾ ਫੜਿਆ ਗਿਆ ਤੇ ਜਿਹੜਾ ਐਕਸ਼ਨ ਆ ਉਹ ਸਾਡੇ ਤੇ ਆਉਣਾ ਵਾ ਬੱਚਾ ਤੇ ਖੈਰ ਅੰਡਰਏਜ ਆ ਜੁਵਨਾਈਲ ਆ ਉਹਨੂੰ ਤੇ ਸ਼ਾਇਦ ਕੋਈ ਬਹੁਤੀ ਸਜ਼ਾ ਨਹੀਂ ਮਿਲ ਸਕਦੀ ਇਹਦੇ ਸਭ ਵਾਸਤੇ ਸਾਨੂੰ ਪੇਰੈਂਟਸ ਨੂੰ ਜ਼ਿੰਮੇਵਾਰ ਠ ਮਿਹਰਬਾਨੀ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਆ ਹੈਲੋ ਕੌਣ ਬੋਰੇ ਔਰ ਕਿਥੋਂ ਬੋਰੇ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਬਹੁਤ ਬਹੁਤ ਮੁबारकਾ ਨਾਲ ਤੁਹਾਨੂੰ ਗੋਬਲ ਦੇ ਨਾਈਟ ਨੂੰ ਨਾਲ ਵੀ ਸੁਨੀਲ ਜੀ ਨੂੰ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਇੱਥੇ ਜਿਹੜਾ ਮਿਹਰਬਾਨੀ ਜੀ ਤੁਹਾਡਾ ਪਿਛਲੇ ਹਫਤੇ ਰਾਇਲ ਇੰਡੀਆ ਵਿੱਚ ਰਿਚਮੰਡਲ ਚ ਛੋਇਆ ਸੀ ਜੀ ਜੀ ਤੇ ਬਹੁਤ ਵਧੀਆ ਹੋਇਆ ਤੇ ਮੈਂ 10 ਬੋਲਦਾ ਪ੍ਰੀਤਮ ਸਿੰਘ ਗਿਲਜੀਆ ਨਿਊਯਾਰਕ ਤੋਂ ਹਾਂਜੀ ਪ੍ਰੀਤਮ ਸਿੰਘ ਜੀ ਤੇ ਤੇ ਤੁਹਾਡਾ ਉਸ ਨੂੰ ਵੀ ਰਾਇਲ ਇੰਡੀਆ ਦੇ ਵਿੱਚ ਅ 쇼 ਦੇਖਿਆ ਸੀ ਜੀ ਤੇ ਜਿਹੜੀ ਅੱਜ ਗੱਲ ਕਰ ਰਹੇ ਐਕਸੀਡੈਂਟ ਦੀ ਮੈਂ ਦੇਖ ਰਿਹਾ ਸੀ ਕਿ ਜਿਵੇਂ ਇੱਥੇ ਬਾਹਰਲੇ ਮੁਲਕਾਂ ਸਾਡੇ ਨਿਊਯਾਰਕ ਦੇ ਵਿੱਚ ਇਹ ਕਿਸੇ ਸਰਕਾਰ ਦਾ ਕੋਈ ਕਸੂਰ ਨਹੀਂ ਮੈਂ ਤੇ ਜੋ ਇਹ ਸੋਚਿਆ ਦੇਖ ਰਿਹਾ ਕਿ ਮੈਨੂੰ ਜਿਵੇਂ ਲੱਗਦਾ ਹੈ ਕਿ ਇਹ ਸਾਰਾ ਸੈਂਟਰ ਦਾ ਕੰਮ ਹੈ ਜੀ ਇਹ ਸੈਂਟਰ ਜਿਹੜੇ ਹਾਈਵੇ ਨੇ ਇਹਨਾਂ ਨੂੰ ਵੱਡੇ ਕਿਤੇ ਜਾਣ ਜੀ ਨਾ ਇਹ ਬਾਦਲ ਨੇ ਕਰਨੇ ਨੇ ਨਾ ਕਿਸੇ ਕੈਪਟਨ ਨੇ ਕਰਨ ਇਹ ਹੈਗਾ ਸੈਂਟਰ ਗਵਰਨਮੈਂਟ ਦਾ ਕੰਮ ਜੀ ਜਿਵੇਂ ਇੱਥੇ ਦੇਖੋ ਜਿਹੜਾ ਆਦਮੀ ਚੱਲਣ ਵਾਲਾ ਉਹ ਵੱਖਰੇ ਚੱਲ ਰਿਹਾ ਜੀ ਟ੍ਰੱਕ ਵਾਲਾ ਵੱਖਰੇ ਚੱਲ ਰਿਹਾ ਕਾਰ ਵਾਲਾ ਵੱਖਰੇ ਚੱਲ ਰਿਹਾ ਉੱਥੇ ਤੇ ਘੋੜਾ ਵੀ ਉੱਥੇ ਤੇ ਸਾਈਕਲ ਵਾਲਾ ਵੀ ਉੱਥੇ ਤੇ ਕਾਰ ਵਾਲਾ ਵੀ ਉੱਥੇ ਜੀ ਐਕਸੀਡੈਂਟ ਦੇ ਹੋ ਰਹੇ ਨੇ ਇਹ ਕਿਹਦਾ ਕਸੂਰ ਹੈ ਸੈਂਟਰ ਗਵਰਨਮੈਂਟ ਦਾ ਸੈਂਟਰ ਗਵਰਨਮੈਂਟ ਚਾਵੇ ਜਿਹੜੇ ਨੈਸ਼ਨਲ ਹਾਈਵੇ ਨੇ ਇਹਨਾਂ ਨੂੰ ਵੱਡੇ ਵੱਡੇ ਕੀਤੇ ਜਾਣ 6 6 7 ਸਾਲ ਲੈਣਾ ਬਣਾਈਆਂ ਜਾਣ ਤੇ ਇਹਨੇ ਜਿਹੜੇ ਅਦਾਸੀ ਨੇ ਐਕਸੀਡੈਂਟ ਦੇ ਅਦਾਸੀ ਨਹੀਂ ਨਾ ਹੋਣ ਤੇ ਮੇਰੀ ਤੇ ਇਹੋ ਹੀ ਪੁਰਜੋਰ ਅਪੀਲ ਹੈ ਸੈਂਟਰ ਗਵਰਨਮੈਂਟ ਸਰਕਾਰ ਨੂੰ ਜਿੱਥੇ ਵੀ ਨੈਸ਼ਨਲ ਹਾਈਵੇ ਹਿੰਦੁਸਤਾਨ ਦੇ ਵਿੱਚ ਹੈ ਨੇ ਉਹਨਾਂ ਨੂੰ ਵੱਡੇ ਕੀਤੇ ਜਨਰਲ ਟਰੱਕਾਂ ਵਾਲਿਆਂ ਦਾ ਵੱਖਰਾ ਬਿਹੇਵ ਹੋਵੇ ਚੱਲਣ ਦਾ ਔਰ ਗੱਡਿਆਂ ਵਾਲਾਂ ਦਾ ਵੱਖਰਾ ਹੋਵੇ ਉੱਥੇ ਦੋ ਤੇ ਸੜਕਾਂ ਨੇ ਐਕਸੀਡੈਂਟ ਦੇ ਹੋਣੇ ਨਹੀਂ ਤੇ ਮੇਰਾ ਇੱਕੋ ਇਹੀ ਸੁਝਾਏ ਹੋਈ ਮੇਰਾ ਬਿਲਕੁਲ ਤੁਹਾਡੀ ਗੱਲ ਤੁਹਾਡੀ ਗੱਲ ਸਪਸ਼ਟ ਹੋ ਗਈ ਚੰਗਾ ਸੁਝਾਅ ਆਪ ਐ ਇਹਦੇ ਸਿਰਫ ਇੰਨੇ ਹੀ ਮੈਂ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਇੱਥੇ ਦੋ ਜਾਂ ਤਿੰਨ ਤਰੀਕੇ ਦੀਆਂ ਸੜਕਾਂ ਵਾਂ ਕੁਝ ਤੇ ਹੈਗੇ ਨੈਸ਼ਨਲ ਹਾਈਵੇਜ਼ ਉਹ ਗਵਰਨਮੈਂਟ ਆਫ ਇੰਡੀਆ ਦੇ ਥੱਲੇ ਆ ਨੈਸ਼ਨਲ ਹਾਈਵੇ ਅਥਾਰਟੀ ਦੇ ਥੱਲੇ ਆ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਨੈਸ਼ਨਲ ਅਥਾਰਟੀ ਹਾਈਵੇ ਅਥਾਰਟੀ ਦੀ ਬਣਦੀ ਆ ਸਰਕਾਰ ਦੀ ਗਵਰਨਮੈਂਟ ਆਫ ਇੰਡੀਆ ਦੀ ਬਣਦੀ ਆ ਸੋ ਬਿਲਕੁਲ ਠੀਕ ਤੁਸੀਂ ਕਿਹਾ ਕਿ ਫਰਮਾਇਆ ਕਿ ਉਹਨਾਂ ਸੜਕਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਵਾਈਡਨ ਕਰਨਾ ਚਾਹੀਦਾ ਚੌੜੀਆਂ ਕਰਨਾ ਚਾਹੀਦਾ ਉੱਥੇ ਰੂਲਸ ਰੈਗੂਲੇਸ਼ਨ ਬਣਾਉਣੇ ਚਾਹੀਦੇ ਆ ਕੁਝ ਸੜਕਾਂ ਜਿਹੜੀਆਂ ਹਨ ਉਹ ਆਰਮੀ ਕੰਟਰੋਲ ਥਲੇ ਨੇ ਕਿਉਂਕਿ ਉਹ ਆਰਮੀ ਵਾਸਤੇ ਬਹੁਤ ਮਹੱਤਵ ਰੱਖਦੀਆਂ ਵਾਂ ਫੇਸ ਕਰਕੇ ਉਹ ਆਰਮੀ ਨੂੰ ਵਾਈਡਨ ਕਰਨੀਆਂ ਪੈਣੀਆਂ ਵਾਂ ਆਰਮੀ ਦਾ ਆਪਣਾ ਆਪਣਾ ਜ਼ਰੀਆ ਉਹਨਾਂ ਦੀ ਬਾਰਡਰ ਰੋਡਸ ਡਿਪਾਰਟਮੈਂਟ ਹੈ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਇਹ ਰੋਡਸ ਨੂੰ ਵਾਈਡਨ ਕਰਦੀ ਆ ਕੁਝ ਸੜਕਾਂ ਜਿਹੜੀਆਂ ਨੇ ਉਹ ਰਾਜ ਸਰਕਾਰਾਂ ਦੇ ਥਲੇ ਨੇ ਇਨਫੈਕਟ ਉਹਨਾਂ ਨੂੰ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਰਾਜ ਸਰਕਾਰਾਂ ਦੀ ਹੈ ਉਹਨਾਂ ਨੂੰ ਚੌੜੀਆਂ ਕਰਨ ਵਾਸਤੇ ਉਹਨਾਂ ਨੂੰ ਹੋਰ ਸੇਫ ਕਰਨ ਵਾਸਤੇ ਔਰ ਇਹ ਸਭ ਕੁਝ ਸ਼ਾਇਦ ਚੰਗੀ ਗੱਲ ਤੇ ਹੋਊਗੀ ਕਿ ਇਹ ਤਿੰਨੇ ਅਥਾਰਟिटीज ਰਲ ਮਿਲ ਕੇ ਇਹ ਕੁਝ ਕਦਮ ਚੁੱਕਣ ਪਰ ਇੱਥੇ ਜੋ ਹੋ ਰਿਹਾ ਵਾ ਉਹ ਇਹ ਹੋ ਰਿਹਾ ਕਿ ਸੜਕਾਂ ਅਸੀਂ ਹੌਲੀ-ਹੌਲੀ ਚੌੜੀਆਂ ਕਰੀ ਜਾਂਦੇ ਆ ਪਰ ਪ੍ਰੋਪਰ ਜਿਹੜਾ ਹਾਈਵੇ ਕਨਸੈਪਟ ਆ ਐਕਸਪ੍ਰੈਸ ਵੇ ਕਨਸੈਪਟ ਜਿਹੜਾ ਵਾ ਇੱਥੇ ਕੁਝ ਐਕਸਪ੍ਰੈਸ ਵੇਸ ਬਣੇ ਆ ਜਿਵੇਂ ਬੰਬੇਰ ਟੂ ਪੂਨਾ ਇੱਕ ਐਕਸਪ੍ਰੈਸ ਵੇ ਬਣਿਆ ਵਾ ਦਿੱਲੀ ਦਿੱਲੀ ਤੋਂ ਲੈ ਕੇ ਆਗਰਾ ਤੱਕ ਇੱਕ ਐਕਸਪ੍ਰੈਸ ਵੇ ਬਣਿਆ ਵਾ ਉਸ ਤਰ੍ਹਾਂ ਦੇ ਐਕਸਪ੍ਰੈਸ ਵੇਸ ਦੀ ਲੋਡ ਹੈ ਜਿਨ੍ਹਾਂ ਦੇ ਆਸੇ-ਪਾਸੇ ਲੈਫਟ ਰਾਈਟ ਤੇ ਕੋਈ ਵੀ ਇਨਕ੍ਰੋਚਮੈਂਟ ਨਹੀਂ ਹੈ ਕੋਈ ਵੀ ਉੱਥੇ ਆਬਾਦੀ ਨਹੀਂ ਹੈ ਔਰ ਉੱਥੇ ਕੋਈ ਵੀ ਸ਼ਾਪਿੰਗ ਏਰੀਆਜ਼ ਸ਼ਾਪਿੰਗ ਮਾਲਸ ਰਿਟੇਲ ਸ਼ਾਪਸ ਕਰਿਆਨਾ ਸ਼ਾਪਸ ਨਹੀਂ ਹਨ ਜੋ ਇੱਥੇ ਹੋ ਰਿਹਾ ਵਾ ਬਾਕੀ ਥਾਵਾਂ ਤੇ ਇਨਕਲੂਡਿੰਗ ਪੰਜਾਬ ਹਰਿਆਣਾ ਹਿਮਾਚਲ ਉੱਥੇ ਸੜਕ ਦੇ ਕੰਢਿਆਂ ਤੇ ਲੋਕੀ ਇਨਕ੍ਰੋਚਮੈਂਟਸ ਕਰੀ ਜਾ ਰਿਹਾ ਉੱਥੇ ਦੁਕਾਨਾਂ ਖੋਲੀਆਂ ਵਾਂ ਸੋ ਹੁੰਦਾ ਕੀ ਆ ਕਿ ਉਹ ਦੁਕਾਨ ਤੋਂ ਕੋਈ ਚੀਜ਼ ਬੰਦਾ ਚਾਹ ਪੀ ਕੇ ਕੋਈ ਚੀਜ਼ ਖਰੀਦ ਕੇ ਸੜਕ ਤੇ ਆਉਂਦਾ ਔਰ ਉਹ ਖਿਆਲ ਨਹੀਂ ਕਰਦਾ ਕਿ ਇੱਥੇ ਗੱਡੀਆਂ ਬੜੀ ਤੇਜ਼ ਰਫ਼ਤਾਰ ਤੇ ਆ ਰਹੀਆਂ ਔਰ ਉਹ ਕਈ ਵਾਰ ਥੱਲੇ ਆ ਜਾਂਦਾ ਸੋ ਇਸ ਕਰਕੇ ਸਾਨੂੰ ਐਕਸਪ੍ਰੈਸ ਵੇਜ਼ ਨੂੰ ਪਪੂਲਰ ਕਰਨ ਦੀ ਲੋੜ ਆ ਨਵੇਂ ਐਕਸਪ੍ਰੈਸ ਵੇਜ਼ ਬਣਾਉਣ ਦੀ ਲੋੜ ਆ ਪਰ ਉਹਦੀ ਪ੍ਰੋਬਲਮ ਇਹ ਆ ਕਿ ਇਸ ਵੇਲੇ ਜ਼ਮੀਨ ਦੀ ਕਾਟ ਆ ਪਰ ਜੇ ਸਰਕਾਰ ਕਰਨਾ ਚਾਹਵੇ ਤੇ ਸਭ ਕੁਝ ਹੋ ਸਕਦਾ ਵਾ ਔਰ ਸਾਨੂੰ ਸੜਕ ਦੇ ਆਸ-ਪਾਸੇ ਬਿਲਕੁਲ ਸਟ੍ਰਿਕਟ ਹੋਣਾ ਚਾਹੀਦਾ ਕਿ ਕਰੀਬ 100 ਮੀਟਰ ਤੇ 100 ਗਸਤੇ ਕੋਈ ਉੱਥੇ ਆਸ-ਪਾਸ ਦੇ ਵਿੱਚ ਕੋਈ ਉੱਥੇ ਕੰਸਟਰਕਸ਼ਨ ਅਲਾਉ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਦੇ ਕਰਕੇ ਜਿਹੜੇ ਔਰ ਨਾਲ-ਨਾਲ ਸਾਨੂੰ ਸ਼ਾਇਦ ਜਿਹੜੇ ਪੁਰਾਣਾ ਸਿਸਟਮ ਸੀਗਾ ਵੀ ਸੜਕਾਂ ਦੇ ਨਾਲ-ਨਾਲ ਦਰਖਤ ਲੱਗੇ ਸੀ ਕਿਉਂਕਿ ਅੱਗੇ ਲੋਕੀ ਪੈਦਲ ਚੱਲਦੇ ਸੀ ਜਾਂ ਬੈਲ ਗੱਡੀਆਂ ਤੇ ਚੱਲਦੇ ਸੀ ਤੇ ਛਾਂ ਦੀ ਲੋੜ ਸੀ ਉਹ ਸ਼ਾਇਦ ਦਰਖਤ ਜਿਹੜੇ ਆ ਹੌਲੀ-ਹੌਲੀ ਦੂਰ ਕੰਦੀ ਲੋੜਿਆ ਕਿਉਂਕਿ ਜਦੋਂ ਕਿਤੇ ਐਕਸੀਡੈਂਟ ਹੁੰਦਾ ਲੋਕੀ ਦਰਖਤ ਦੇ ਵਿੱਚ ਜਾ ਕੇ ਵੱਜਦੇ ਆ ਸੋ ਉੱਥੇ ਸ਼ਾਇਦ ਸੈਂਡ ਪਿਟਸ ਜਿਵੇਂ ਬਾਹਰਲੇ ਮੁਲਕਾਂ 'ਚ ਆ ਸੈਂਡ ਪਿਟ ਸੜਕ ਦੇ ਨਾਲ ਲਾਉਣ ਦੀ ਲੋੜ ਹੈ ਕਿ ਜੇ ਕਾਰ ਸਕਿਡ ਕਰਕੇ ਸੜਕ ਤੋਂ ਉੱਤਰ ਵੀ ਜਾਵੇ ਤੇ ਉਹ ਸੈਂਡ ਪਿਟ ਦੇ ਵਿੱਚ ਜਾ ਕੇ ਫਸ ਜਵੇ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਆਓ ਸੁਣਦੇ ਹਾਂ ਉਹ ਕੀ ਕਹਿੰਦੇ ਨੇ ਹੈਲੋ ਹਲੋ ਯੈਸ ਹਾਂ ਸੰਧੂ ਸਾਹਿਬ ਬੋਲਦਾ ਜੀ ਬੋਰਿਆਂ ਜੀ ਦੱਸੋ ਆਪਣਾ ਨਾਮ ਦੱਸੋ ਤੇ ਕਿੱਥੋਂ ਬੋਲ ਰਹੇ ਕੀ ਕਹਿਣਾ ਚਾਹੁੰਦੇ ਜੀ ਹਾਂ ਜੀ ਸੰਧੂ ਸਾਹਿਬ ਮੈਂ ਕੈਲੀਫੋਰਨੀਆ ਤੋਂ ਕਰਪਾਲ ਸਿੰਘ ਸੰਧੂ ਬੋਲਦਾ ਸੀ ਹਾਂ ਜੀ ਕਰਪਾਲ ਸਿੰਘ ਜੀ ਹਾਂ ਜੀ ਹਾਂ ਜੀ ਫਿਲ ਗ੍ਰੋਕਾਂ ਹਾਂ ਜੀ ਹਾਂ ਜੀ ਹਾਂ ਇਹ ਵੀ ਗੱਲ ਹੈ ਤੇ ਮਾਪੋ ਦੀ ਲੰਬੀ ਨਕਲਾ ਤੁਹਾਨੂੰ ਮੁਬਾਰਕਾਂ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਅੱਛਾ ਦੂਸਰੀ ਗੱਲ ਇਹ ਆ ਵੀ ਤੁਸੀਂ ਉਹ ਜਿਹੜਾ ਫੌਜੀਆ ਨਾਲ ਇੰਟਰਵਿਊ ਲਈ ਸੀ ਨਾ ਜੇ ਹੋਸਾ ਦਾ ਪੰਜਾਬੀ ਚ ਵੀ ਕਰ ਦਿਓ ਕਰੋ ਤਾਂ ਸਾਰੇ ਹੋਰ ਸੁਣਨ ਨਾਲ ਵਧੀਆ ਸੀ ਉਹ ਅੱਛਾ ਜੀ ਤੀਸਰੀ ਗੱਲ ਹੈਗੀ ਆ ਵੀ ਸਭ ਤੋਂ ਵਧੀਆ ਤਰੀਕਾ ਤਾਂ ਇਹ ਆ ਵੀ ਐਕਸੀਡੈਂਟ ਆਉਂਦੇ ਨੇ ਸਕੂਲ ਦੇ ਬਾਹਰ ਕੀ ਆ ਨਾ ਜੀ ਉਹ ਨਾ ਜਿਹੜੀਆਂ ਬਸਾਂ ਬੱਚੇ ਤੋਂ ਢੋਂਦੀਆਂ ਹਨ ਉਹ ਸਾਰੀਆਂ ਇੱਕ ਲੰਘਦੀਆਂ ਹੋ ਜਾਣ ਠੀਕ ਹੈ ਜੀ ਤੇ ਉਹਦੇ ਉੱਤੇ ਜਿਹੜਾ ਉਹ ਜਹਾਜ਼ ਵਾਲਾ ਬਲਬ ਲੱਗਾ ਹੁੰਦਾ ਜਗਦਾ ਤੇ ਪਹੁੰਚਦਾ ਜਗਦਾ ਤੇ ਪਹੁੰਚਦਾ ਜੀ ਉਹ ਜ਼ਰੂਰੀ ਲਾਸਣ ਜੀ ਤਾਂ ਕਿ ਉਹਨਾਂ ਨੂੰ ਦੇਖ ਕੇ ਪਤਾ ਲੱਗੇ ਦੂਰੋਂ ਵੀ ਬੱਚਿਆਂ ਦੀ ਪਾਸੇ ਦਾ ਕਲਰ ਵੀ ਇਹੋ ਜਿਹਾ ਤੇ ਇਹ ਬੱਚਿਆਂ ਦੀ ਆ ਤਾਂ ਕਿ ਅਸੀਂ ਇੱਕ ਪਾਸੇ ਨੂੰ ਕਰ ਲਈਏ ਬੱਚੇ ਸੇਫ ਚੱਲ ਜਾਣ ਜੀ ਬੱਸ ਮੇਰੇ ਦੇ ਮੈਂ ਕੰਧੋਤਰ ਸੁਝਾਹੀਆ ਬਹੁਤ ਬਹੁਤ ਚੰਗੇ ਸੁਝਾਅ ਤੁਸੀਂ ਦਿੱਤੇ ਜੀ ਕਿ ਸਾਰੇ ਸਕੂਲ ਬੱਸਾਂ ਜਿਆ ਇੱਕੋ ਹੀ ਰੰਗ ਹੋਣਾ ਚਾਹੀਦਾ ਵਾ ਔਰ ਸਕੂਲ ਬੱਸਾਂ ਦੇ ਉੱਤੇ ਬੁਝਣ ਜਗਣ ਵਾਲੀਆਂ ਬੱਤੀਆਂ ਜਿਹੜੀਆਂ ਵਾ ਉਹ ਹੋਣੀਆਂ ਚਾਹੀਦੀਆਂ ਵਾ ਅਨਫੋਰਚੂਨੇਟਲੀ ਇੱਥੇ ਕੀ ਹੋ ਰਿਹਾ ਵਾ ਵੀ ਇਹ ਬੱਤੀਆਂ ਜਿਹੜੀਆਂ ਵਾ ਇਹ ਸਾਡੇ ਜਿਹੜੇ ਸੋ ਕਾਲਡ ਵੀਆਈਪੀਜ਼ ਆ ਉਹਨਾਂ ਆਪਣੀਆਂ ਗੱਡੀਆਂ ਤੇ ਲਵਾ ਲੀਆਂ ਸੋ ਇਹ ਬੱਤੀਆਂ ਜਿਹੜੀਆਂ ਵਾ ਜਿਵੇਂ ਤੁਸੀਂ ਜ਼ਿਕਰ ਕੀਤਾ ਇਹ ਜਗਣ ਤੇ ਬੁਝਣ ਵਾਲੀਆਂ ਬੱਤੀਆਂ ਜਿਹੜੀਆਂ ਵਾ ਰੈਡ ਲਾਈਟਸ ਬੀਕਨ ਲਾਈਟਸ ਜਿਹੜੀਆਂ ਵਾ ਇਹ ਜਾਂ ਐਮਬੂਲੈਂਸਿਸ ਤੇ ਹੋਣੀ ਚਾਹੀਦੀਆਂ ਵਾ ਜਾਂ ਸਕੂਲ ਬੱਸਸ ਤੇ ਹੋਣੀ ਚਾਹੀਦੀਆਂ ਜਾਂ ਪੁਲਿਸ ਦੀਆਂ ਗੱਡੀਆਂ ਤੇ ਤਾਂ ਖੈਰ ਹੋਣੀਆਂ ਹੀ ਚਾਹੀਦੀਆਂ ਵਾ ਔਰ ਇਹ ਵੀਆਈਪੀਜ਼ ਦੀਆਂ ਗੱਡੀਆਂ ਤੇ ਬਿਲਕੁਲ ਨਹੀਂ ਹੋਣੀ ਚਾਹੀਦੀਆਂ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਕਈ ਥਾਵਾਂ ਤੇ ਮੈਂ ਇੱਕ ਹੋਰ ਚੀਜ਼ ਵੇਖੀ ਆ ਉਹ ਵੀ ਬੜਾ ਬੜਾ ਅੱਛਾ ਕਦਮ ਆ ਕਿ ਜਦੋਂ ਸਕੂਲ ਬੱਸ ਸ਼ਹਿਰਾਂ ਦੇ ਵਿੱਚ ਜਾਰੀ ਹੁੰਦੀ ਆ ਜਿੱਥੇ ਉਹ ਖੜੀ ਹੋ ਜਾਂਦੀ ਆ ਤੇ ਉਹਨੂੰ ਓਵਰਟੇਕ ਕੋਈ ਨਹੀਂ ਕਰਦਾ ਸਾਰਾ ਟ੍ਰੈਫਿਕ ਉਹਦੇ ਪਿੱਛੇ ਰੁਕ ਜਾਂਦਾ ਇੰਨੀ ਜਿਹੜੀ ਆ ਇੰਪੋਰਟੈਂਸ ਦਿੱਤੀ ਜਾਂਦੀ ਆ ਸਕੂਲੀ ਬੱਚਿਆਂ ਨੂੰ ਸਕੂਲ ਦੀਆਂ ਬੱਸਾਂ ਨੂੰ ਸੋ ਸ਼ਾਇਦ ਇਸ ਤਰ ਕਦਮ ਚੁੱਕਣ ਦੀ ਲੋੜ ਹੈਗੀ ਆ ਉਹਦੇ ਨਾਲ ਬਹੁਤ ਬਹੁਤ ਫਰਕ ਪਊਗਾ। ਔਰ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸ ਦਵਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਵਾ ਕਿ ਜਿਹੜਾ ਸਾਡਾ ਫੌਜੀਆ ਵਾਲਾ ਪ੍ਰੋਗਰਾਮ ਆ ਉਹਨੂੰ ਅਸੀਂ ਪੰਜਾਬੀ ਚ ਉਹਦਾ ਤਰਜਮਾ ਕਰਦਿਆ ਕਰੀਏ। ਮੈਂ ਕੋਸ਼ਿਸ਼ ਕਰੂੰਗਾ ਜਿਵੇਂ ਤੁਸੀਂ ਸੁਝਾਅ ਦਿੱਤਾ ਵਾ ਕਿ ਹੋ ਸਕੇ ਤੇ ਜਦੋਂ ਵੀ ਫੌਜੀਆ ਨਾਲ ਅਸੀਂ ਕਾਰਵਾਈ ਕੋਈ ਪ੍ਰੋਗਰਾਮ ਕਰੀਏ ਉਹ ਕੋਸ਼ਿਸ਼ ਕਰੀਏ ਕਿ ਅਸੀਂ ਜਾਂ ਪੰਜਾਬੀ ਜਾਂ ਹਿੰਦੀ ਕਿਉਂਕਿ ਸਾਡੇ ਫੌਜੀ ਵੀਰ ਜਿਹੜੇ ਆ ਉਹ ਬਹੁਤ ਹਿਮਾਚਲ ਤੇ ਹਰਿਆਣਾ ਤੋਂ ਵੀ ਨੇ ਜਿੱਥੇ ਸਾਡਾ ਚੈਨਲ ਬੜੀ ਵੱਡੀ ਵੱਡੀ ਤਦਾਦ ਦੇ ਵਿੱਚ ਦੇਖਿਆ ਜਾਂਦਾ ਵਾ ਇਸੇ ਤਰ੍ਹਾਂ ਜੰਮੂ ਅਤੇ ਕਸ਼ਮੀਰ ਤੋਂ ਵੀ ਆ ਸੋ ਉਹ ਵੀ ਸਾਡੀ ਜ਼ਬਾਨ ਜਿਹੜੀ ਆ ਉਹ ਸਮਝ ਜਾਣ ਪਰ ਪ੍ਰੋਬਲਮ ਸਿਰਫ ਮੈਨੂੰ ਇਹ ਆ ਰਹੀ ਆ ਕਿ ਜਦੋਂ ਅਸੀਂ ਅਫਸਰਾਂ ਨਾਲ ਗੱਲਬਾਤ ਕਰਦੇ ਆ ਤੇ ਜਿਹੜੇ ਫੌਜੀ ਅਫਸਰ ਆ ਉਹ ਕਿਉਂਕਿ ਫੌਜ ਦੇ ਵਿੱਚ ਉਹਨਾਂ ਨੂੰ ਅੰਗਰੇਜ਼ੀ ਬੋਲਣ ਦੀ ਆਦਤ ਪਈ ਹੁੰਦੀ ਆ ਬੋਲ ਤੇ ਸਕਦੇ ਆ ਵੀ ਪੰਜਾਬੀ ਹਿੰਦੀ ਤੇ ਉਹ ਕੋਸ਼ਿਸ਼ ਕਰਦੇ ਆ ਉਹ ਚਾਹੁੰਦੇ ਆ ਕਿ ਅਸੀਂ ਉਹਨਾਂ ਨਾਲ ਜਿਹੜਾ ਵਿਚਾਰ ਵਟਾਂਦਰਾ ਵਾ ਜਿਹੜਾ ਜਿਹੜਾ ਉਹ ਅਸੀਂ ਅੰਗਰੇਜ਼ੀ ਦੇ ਵਿੱਚ ਕਰੀਏ ਪਰ ਤੁਹਾਡਾ ਸੁਝਾਅ ਜਿਹੜਾ ਵਾ ਉਹ ਸਿਰ ਮੱਥੇ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਜਿੱਨਾ ਵੀ ਹੋ ਸਕੇ ਆਪਣੀਆਂ ਲੈਂਗੁਏਜੇਸ ਦੇ ਵਿੱਚ ਆਪਾਂ ਆਪਣੀ ਜ਼ੁਬਾਨ ਦੇ ਵਿੱਚ ਵਿਚਾਰ ਇਹਨਾਂ ਲੋਕਾਂ ਦੇ ਨਾਲ ਕਰੀਏ ਪੈਨੀ ਸਟੇਟ ਤੋਂ ਔਰਫੀਲਡ ਤੋਂ ਪਰਮਜੀਤ ਨੇ ਇੱਕ ਈਮੇਲ ਭੇਜੀ ਹੈ ਉਹਨਾਂ ਐਸਜੀਪੀਸੀ ਵੱਲੋਂ ਸਿੱਖ ਇਤਿਹਾਸ ਨੂੰ ਮੋੜ ਤੋਂ ਲਿਖਣ ਦੀ ਆਲੋਚਨਾ ਕੀਤੀ ਹੈ ਉਹਨਾਂ ਕਿਹਾ ਹੈ ਕਿ ਸਹੀ ਇਤਿਹਾਸ ਲਿਖਣ ਵਾਸਤੇ ਘੱਟੋ ਘੱਟ 100 ਸਾਲ ਦਾ ਵਖਵਾ ਪੜਨਾ ਚਾਹੀਦਾ ਹੈ ਪਰਮਜੀਤ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਬਹੁਤ ਧੰਨਵਾਦ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਹਰ ਇਨਸਾਨ ਹਰ ਸਰਕਾਰ ਅਤੇ ਹਰ ਸੰਸਥਾ ਦੀ ਸਹੀ ਸਹੀ ਪਰਖ ਅੱਗੇ ਵਾਲੀਆਂ ਪੀੜ੍ਹੀਆਂ ਹੀ ਕਰ ਸਕਦੀਆਂ ਨੇ ਜੇ ਅਸੀਂ ਆਪਣੇ ਬਾਰੇ ਲਿਖਣ ਲੱਗੇ ਜਾਂ ਅਸੀਂ ਪ੍ਰਸ਼ੰਸਾ ਦੇ ਪੁੱਲ ਬੰਨੀ ਜਾਵਾਂਗੇ ਬਨਣ ਲੱਗੇ ਤਾਂ ਇਸੇ ਤਰ੍ਹਾਂ ਹੀ ਅਸੀਂ ਕਿਸੇ ਹੋਰ ਦੀ ਆਲੋਚਨਾ ਕਰਦੇ ਰਵਾਂਗੇ ਇਸ ਵੇਲੇ ਸਾਡੀ ਰੋਜ਼ਮਰਹ ਜ਼ਿੰਦਗੀ ਵਿੱਚ ਇੰਨਾ ਕੋ ਸਿਆਸੀਕਰਨ ਹੋ ਚੁੱਕਾ ਹੈ ਕਿ ਅਸੀਂ ਸਭ ਕੁਝ ਹੀ ਪੋਲਿਟਿਸਾਈਜ਼ ਕਰ ਦਿੱਤਾ ਹੈ ਪੁਲਿਸ ਮਾਮਲੇ ਤੋਂ ਲੈ ਕੇ ਅਸੀਂ ਆਪਣੇ ਧਰਮ ਸਥਾਨਾਂ ਦਾ ਵੀ ਸਿਆਸੀ ਕਰਨ ਕਰ ਦਿੱਤਾ ਹੈ ਸ਼ਾਇਦ ਸਿਰਫ ਇਤਿਹਾਸ ਅਤੇ ਹਿਸਟਰੀ ਹੀ ਇਸ ਸਿਆਸੀ ਕਰਨ ਜਾਂ ਪੋਲਿਟਿਕਾਈਜ਼ੇਸ਼ਨ ਤੋਂ ਇਸ ਵੇਲੇ ਬਚੀ ਹੋਈ ਹੈ ਸੋ ਇਸ ਵਿੱਚ ਦਖਲ ਅੰਦਾਜ਼ੀ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਮੇਰਾ ਇਹ ਵੀ ਵਿਚਾਰ ਹੈ ਕਿ ਜੇ ਅਸੀਂ ਸਿੱਖ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕੀਤੀ ਤਾਂ ਬਹੁਤ ਸਾਰੇ ਵਿਵਾਦ ਕਈ ਵਿਵਾਦ ਛਿੜ ਜਾਣਗੇ ਇਹ ਸ਼ਾਇਦ ਇੰਜ ਹੋਊਗਾ ਜਿਵੇਂ ਕਿਤੇ ਪੂੰਡਾਂ ਦੀ ਖੱਖਰ ਨੂੰ ਹੱਥ ਪਾ ਲਿਆ ਹੋਵੇ so i feel that uh, sik history should be allowed to write itself apan edech aap likhan di sanu shayad koshish nahi karni chahidi ise tarah hi mere khayal asi apne aap hi jehdiyan cheezan aa eh hundiyan rehndiyan aa va aur sanu vakwa dena chahida va ki asi jehdi sik istihas hai ya jehda duniya da hai apne nation da itihas hai wo apne aap hi baad likha jave sadhna college jude aao sunde ho ki kehende ne hello ਜੀ ਸਮਝ ਸਰਦਾਰ ਜੀ ਕਾ ਖਾਸ ਸਰਦਾਰਿਕ ਜੀ ਕਾ ਤਤੇ ਜੀ ਸਸੀ ਕਾਲ ਜੀ ਮੈਂ ਗਿਦੇ ਗੁਦਾਸਪੁਰ ਕਲਾ ਨੂੰ ਦੇ ਲਾਗੇ ਪਿੰਡ ਕਲਾ ਨੂੰ ਕੋਲਨਾ ਮਗਲਾ ਜਸਨ ਸਿੰਘ ਨਾਂ ਦਾ ਆਦਮੀ ਬੋਲ ਰਿਆ ਜੀ ਤੁਸੀਂ ਇਸ ਵੇਲੇ ਇਥੋਂ ਬੋਲ ਰਹੇ ਕਿ ਨਾਰਥ ਅਮਰੀਕਾ ਤੋਂ ਬੋਲ ਰਹੇ ਜੀ ਨਹੀਂ ਜੀ ਮੈਂ ਕੋਲਨਾ ਮਗਲਾ ਪਿੰਡਾ ਜੀ ਕਲਾ ਨੂੰ ਦੇ ਲਾਗੇ ਜਿਹਨਾਂ ਗੁਦਾਸਪੁਰ ਤੋਂ ਅੱਛਾ ਇਹਦਾ ਮਤਲਬ ਤੁਸੀਂ ਸੁਖ ਸੁਖਤੀ ਉੱਠ ਪੈਂਦੇ ਜੇ ਵੈਸੇ ਅਸੀਂ ਇਸ ਸ਼ੋਅ ਦੇ ਵਿੱਚ ਨਾਰਥ ਅਮਰੀਕਾ ਤੋਂ ਕਾਲ ਐਕਸਪੈਕਟ ਕਰ ਰਹੇ ਹਾਂ ਪਰ ਤੁਸੀਂ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਹੁਕਮ ਕਰੋ ਬਹੁਤ ਸ਼ੁਕਰੀਆ ਜੀ ਹਾਂਜੀ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਮੈਂ ਜੀ ਮੇਰੀ ਬੇਨਤੀ ਹੈ ਕਿ ਜੇ ਪਹਿਲਾਂ ਤੇ ਤੁਹਾਨੂੰ ਵਾਕਬਾਤ ਬਹੁਤ ਵਧੀਆ ਤੁਹਾਡਾ ਜਾਗੋ ਪੰਜਾਬ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਬਾਰੇ ਮੈਂ ਥੋੜੀ ਜਿਹੀ ਆਪਣੇ ਰਿਕਵੈਸਟ ਕਰ ਮੈਂ ਚਾਹਣਾ ਹਾਂ ਹਾਂਜੀ ਕਿ ਅੱਜ ਜਿੰਨੇ ਕੁ ਮਸਲੇ ਸਿੱਖ ਕੌਮ ਨੂੰ ਜਾਂ ਪੰਜਾਬ ਨੂੰ ਦਰ ਪੇਸ਼ ਹੈਗੇ ਆ ਜੀ ਇਹਨਾਂ ਦੀ ਗਿਣਤੀ ਕਰਦੀ ਕੋਈ ਮਮੂਲੀ ਗੱਲ ਨਹੀਂ ਹੈ ਕਈ ਹੱਥੇ ਲੱਗ ਸਕਦੀ ਹੈ ਜੀ ਇਹਨੂੰ ਅਸੀਂ ਕੈਟਾਗਰੀ ਕੈਟਾਗਰੀ ਕਹਿੰਦੇ ਆ ਅਗਰ ਇਹਨੂੰ ਥੋੜਾ ਦੇਖੇ ਤੇ ਸੋਚੀ ਰੀਲੀ ਜੋਸਲੀ ਕਲੀਨਿਕਲੀ ਇਹ ਫਰੈਂਸ ਵੀ ਕਿੰਨੇ ਆ ਗਿਣਤੀ ਕਰਨੀ ਔਖੀ ਆ ਜੀ ਅਗਰ ਤੁਸੀਂ ਇਹ ਜਿਸਾ ਜਿਹੜਾ ਪ੍ਰੋਗਰਾਮ ਚਾਹੁੰਦੇ ਆ ਕਦੀ ਆਪਾਂ ਲੈ ਦੇਰੇ ਵਾਂਗ ਕਦੀ ਐਸਟੇਟ ਦਾ ਕਦੀ ਨਸ਼ਿਆਂ ਦਾ ਚੱਕਰ ਇਹ ਮਤਲਬ ਆਪੇ ਇਹ ਰੌਣਕ ਚ ਓਹ ਹੋਇਆ ਕੋਈ ਸਮਝ ਨਹੀਂ ਆ ਰਿਹਾ ਜੀ ਇਹਨੂੰ ਅਗਰ ਅਸੀਂ ਕਿਸੇ ਇਨੂੰ ਡੇ ਵਾਈਜ਼ ਐਂਡ ਵੀਕਲੀ ਇਹਨੂੰ ਕਰਦੀ ਹੈ ਕਿ ਇਸ ਹਫਤੇ ਦੇ ਵਿੱਚ ਆਪਾਂ ਕ੍ਰਿਟੀਕਲ ਜਿੰਨੇ ਮਸਲੇ ਇਹੋ ਹੀ ਡਿਸਕਸ ਕਰਦੇ ਆ ਅਗਲੇ ਹਫਤੇ ਅਸੀਂ ਰਿਲੀਜ ਦੇ ਜਿੰਨੇ ਆ ਉਹ ਕਰਦੇ ਆ ਜੀ ਤੀਜੇ ਤੀਸਰੇ ਅਸੀਂ ਜੋ ਸੋਸ਼ਲ ਸਗਾ ਡਾਊਨਫਾਲ ਆ ਗਿਆ ਸੇਕਾ ਕੰਮ ਤੇ ਹਾਂਜੀ ਆਪਾਂ ਇਹਦੇ 'ਚ ਵਿਚਾਰ ਕਰਨਾ ਤੇ ਬੜਾ ਵਧੀਆ ਮੇਰੇ ਖਿਆਲਾਂ ਪਈ ਸ਼ਾਇਦ ਬਹੁਤ ਐਸਾ ਰਹੇਗਾ ਬਹੁਤ ਚੰਗੇ ਵਿਚਾਰ ਹੈ ਜੀ ਤੁਹਾਡੇ ਤੁਸੀਂ ਚੰਗਾ ਸੁਝਾਅ ਦਿੱਤਾ ਪਰ ਉਹਦੇ 'ਚ ਪ੍ਰੋਬਲਮ ਇਹ ਹੋ ਜਾਂਦੀ ਆ ਕਿ ਕਿਉਂਕਿ ਅਸੀਂ ਇੱਕ ਨਿਊਜ਼ ਆਰਗੇਨਾਈਜੇਸ਼ਨ ਐ ਖਬਰਾਂ ਦੀ ਆਰਗੇਨਾਈਜੇਸ਼ਨ ਐ ਸੋ ਕਈ ਵਾਰਾ ਖਬਰਾਂ ਹੀ ਇਹੋ ਜਿਹੀ ਆ ਜਾਂਦੀਆਂ ਵਾ ਕਿ ਜਿਹੜਾ ਵੀ ਮਸਲਾ ਖਬਰਾਂ ਦੇ ਵਿੱਚ ਹੁੰਦਾ ਵਾ ਉਹਦੇ ਤੇ ਕਈ ਵਾਰਾ ਡਿਸਕਸ਼ਨ ਕਰਨੀ ਪੈ ਜਾਂਦੀ ਐ ਅਸੀਂ ਜੇ ਸੋਚ ਲਿਆ ਕਿ ਆਹ ਹਫਤੇ ਅਸੀਂ ਸਿਰਫ ਪੰਜਾਬ ਦੀ ਜਿਹੜੀ ਸਿਆਸੀ ਹਾਲਤ ਐ ਉਹ ਤੇ ਡਿਸਕਸ਼ਨ ਕਰਨੀ ਆ ਤੇ ਕਈ ਵਾਰਾ ਕੋਈ ਉਹੋ ਜਿਹਾ ਸਮਾਜਿਕ ਮੁੱਦਾ ਸਾਹਮਣੇ ਆ ਜਾਂਦਾ ਵਾ ਕਿ ਉਹ ਸਮਾਜਿਕ ਮੁੰਦੇ ਦੇ ਮੁੱਦੇ ਨੂੰ ਅਸਾਨੂੰ ਉਹਦੇ ਤੇ ਚਰਚਾ ਕਰਨੀ ਪੈਂਦੀ ਐ ਸੋ ਇਸ ਕਰਕੇ ਇਸ ਤਰ੍ਹਾਂ ਦੀ ਕੈਟੇਗਰੀਜ਼ੇਸ਼ਨ ਵੀ ਅੱਜ ਅਸੀਂ ਆ ਕਰਾਂਗੇ ਕੱਲ ਅਗਲੇ ਹਫਤੇ ਆ ਕਰਾਂਗੇ ਕਿ ਵੈਸੇ ਬ੍ਰੌਡਲੀ ਤੜਾ ਸੁਝਾਅ ਬਹੁਤ ਚੰਗਾ ਵਾ ਅਸੀਂ ਇਹਦੇ ਤੇ ਵੇਖਦੇ ਆ ਅਸੀਂ ਕੀ ਕਰ ਸਕਦੇ ਆ ਪਰ ਸ਼ਾਇਦ ਇਹ ਕਾਫੀ ਮੁਸ਼ਕਲ ਹੁੰਦਾ ਵਾ ਵੀ ਆਪਾਂ ਇਸ ਤਰ੍ਹਾਂ ਕੈਟੇਗਰੀਜ਼ ਕਰ ਦਈਏ ਤੁਸੀਂ ਸਾਡਾ ਜਿਹੜਾ ਜਾਗੋ ਪੰਜਾਬ ਆ ਉਹਦੀ ਤਾਰੀਫ ਕੀਤੀ ਆ ਮੇਰੇ ਖਿਆਲ ਜੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਇਹ ਗੱਲ ਕਹੋਗੇ ਤੇ ਸਾਡੇ ਮੇਰੇ ਜਿਹੜੇ ਸਾਥੀ ਆ सुरेंद्र ਸਿੰਘ ਜਿਹੜੇ ਉਹ ਪ੍ਰੋਗਰਾਮ ਦੇ ਹੋਸਟ ਨੇ ਉਹ ਪ੍ਰੋਗਰਾਮ ਕਰਦੇ ਨੇ ਉਹ ਸ਼ਾਇਦ ਬਹੁਤ ਇਨਕਰੇਜਡ ਫੀਲ ਕਰਨਗੇ ਖੁਸ਼ ਹੋਣਗੇ ਖੈਰ ਮੈਂ ਵੀ ਤੁਹਾਡੀ ਜਿਹੜੀ ਗੱਲ ਆ ਉਹਨਾਂ ਤੱਕ ਜ਼ਰੂਰ ਪਹੁੰਚਾ ਦੂੰਗਾ ਬਹੁਤ ਮਿਹਰਬਾਨੀ ਤੁਸੀਂ ਸਵੇਰੇ ਸਵੇਰੇ ਉੱਠ ਕੇ ਸਾਨੂੰ ਕਾਲ ਕੀਤੀ ਸਾਡੇ ਨਾਲ ਜੁੜੇ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਆ ਉਹ ਦੇਖਦੇ ਆ ਉਹ ਕੀ ਕਹਿੰਦੇ ਨੇ ਹੈਲੋ ਸਸੇਕਾਲ ਜੀ ਸਸੇਕਾਲ ਹਾਂਜੀ ਮੈਂ ਜੀ ਹਰਦੀਪ ਸਿੰਘ ਬੋਲਦਾ ਆ ਕੈਲੀਫੋਰਨੀਆ ਤੋਂ ਸੈਕਰਮੈਂਟੋ ਤੋਂ ਹਾਂਜੀ ਹਾਂਜੀ ਮੈਂ ਜੀ ਤੁਹਾਡਾ ਬਹੁਤ ਸਾਰਾ ਪ੍ਰੋਗਰਾਮ ਚੱਲਦਾ ਹੈ ਮੈਂ ਜਿੱਦਾਂ ਮੈਂ ਹਰੂ ਦੇਖਦਾ ਤੁਹਾਡਾ ਪ੍ਰੋਗਰਾਮ ਜੀ ਵਾਚ ਕਰਦਾ ਟੀਵੀ ਮੈਂ ਤੁਹਾਨੂੰ ਕਹਿਣਾ ਆ ਕਿ ਜਿਹੜੀ ਸਰਵੋਇ ਕਮੇਟੀ ਆ ਜਿਹੜੀ ਉਹ ਇਤਿਹਾਸ ਦੁਆਰਾ ਲਿਖ ਰਹੀ ਆ ਹੈਨਾ ਜੀ ਤੇ ਹਾਂਜੀ ਇਹ ਆਪਣੇ ਆਪ ਲਿਖ ਰਹੀ ਆ ਸਾਰੇ ਸਰਵਤ ਖਾਸ ਨੂੰ ਇਕੱਠਾ ਕਰਕੇ ਇਹ ਲਖਵਾਰੀ ਆ ਵੀ ਉਹਨਾਂ ਦੀ ਸਰਵਸਾਂਤੀ ਨਾਲ ਲਖ ਰਹੀ ਆ ਜਿੱਦਾਂ ਇਹਨਾਂ ਦੀ ਵਿਸ਼ੇ ਖਤਾਬ ਛਪਾਈ ਕਿ 1990 ਵਿੱਚ ਉਹ ਚਿੱਟਾ ਮਾਰੇ ਦੇ ਵਿਰੁੱਧ ਜਿੱਦਾਂ ਗਾਥਾ ਸ਼ੋਦਾਬਰੀ ਲਿਖੀ ਹੋਈ ਸੀ ਨਾ ਨਹੀਂ ਹੈ ਨਾ ਜੀ ਤੇ ਤੇ ਹਾਰੇ ਸੀ ਆਪਣੇ ਆਪ ਇਸ ਆਪਣੇ ਆਪ ਇਤਿਹਾਸ ਲਿਖਣ ਦੇ ਆ ਇਹਨਾਂ ਨੂੰ ਪਹਿਲੋ ਪੰਜਾਬ ਪਿਆਰੇ ਕੋਲੋਂ ਇਸਰ ਇਕਾ ਤਾਫੇ ਪੇਸ਼ ਹੋ ਕੇ ਸਾਰਿਆਂ ਨੂੰ ਸਰ ਸਰੋ ਸੰਤ ਦੇ ਨਾਲ ਇਤਿਹਾਸ ਬਾਰੇ ਲਿਖਣਾ ਲਿਖਣ ਦੀ ਜਰੂਰਤ ਆ ਨਾ ਕਿ ਆ ਪੜਿਆ ਜਦੋਂ ਚੱਕਿਆ ਉਸ ਇਤਿਹਾਸ ਲਿਖ ਦੋ ਨਾ ਜੀ ਬਹੁਤ ਬਿਲਕੁਲ ਤੁਹਾਡੀ ਤੁਹਾਡੀ ਗੱਲ ਸਪਸ਼ਟ ਹੋ ਗਈ ਆ ਪਹਿਲਾਂ ਤੋਂ ਮੈਨੂੰ ਇਹ ਦੱਸੋ ਕਿ ਇਸ ਵੇਲੇ ਸੈਕਰਮੈਂਟੋ ਦੇ ਵਿੱਚ ਮੌਸਮ ਕਿਹੋ ਜਿਹਾ ਵਾ ਮੌਸਮ ਬਹੁਤ ਵਧੀਆ ਜੀ ਇੱਥੇ ਗਰਮੀ ਆ ਜੀ ਬਹੁਤ ਵਧੀਆ ਹਾਂ ਜੀ ਅੱਛਾ ਕਿਉਂਕਿ ਮੈਨੂੰ ਪਤਾ ਵਾ ਕੈਲੀਫੋਰਨੀਆ ਦੇ ਵਿੱਚ ਬਹੁਤ ਬਹੁਤ ਅੱਛਾ ਮੌਸਮ ਹੁੰਦਾ ਉਸੇ ਇਸ ਕਰਕੇ ਮੈਂ ਤੁਹਾਨੂੰ ਪੁੱਛ ਰਿਹਾ ਵੈਸੇ ਇਸ ਵੇਲੇ ਇੱਥੇ ਵੀ ਮੌਸਮ ਕਾਫੀ ਚੰਗਾ ਵਾ ਥੋੜੀ ਥੋੜੀ ਸ਼ਾਮ ਜੀ ਨੂੰ ਸਵੇਰੇ ਠੰਡ ਹੋ ਜਾਂਦੀ ਏ ਔਰ ਦਿਨ ਦੇ ਵਿੱਚ ਧੁੱਪ ਹੁੰਦੀ ਏ ਔਰ ਅਸੀਂ ਹੁਣ ਵੇਟ ਕਰ ਰਹੇ ਆਂ ਕਿ ਜਿਹੜੇ ਕੜਾਕੇ ਦੀ ਧੁੱਪ ਹੋਵੇ ਸੋਦੇ ਸੜੀਆਂ ਜਿਹੜੀਆਂ ਕੜਕਾਂ ਕਣਕਾਂ ਵਾਂ ਉਹ ਪੱਕ ਜਾਣ ਔਰ ਫਿਰ ਅਸੀਂ ਵਿਸਾਖੀ ਔਰ ਵਿਸਾਖੀ ਤੋਂ ਥੋੜੀ ਬਾਅਦ ਅਸੀਂ ਉਹਦੀ ਉਹਦੀ ਕਟਾਈ ਵੀ ਸ਼ੁਰੂ ਕਰ ਸਕੀਏ ਜਿਹੜੀ ਤੁਸੀਂ ਗੱਲ ਕੀਤੀ ਐ ਸਿੱਖ ਇਤਿਹਾਸ ਦੀ ਇਹਦੇ ਬਾਰੇ ਹਾਲੀ ਕੁਝ ਪਤਾ ਨਹੀਂ ਹੈਗਾ ਕਿ ਜਿਹੜਾ ਸਿੱਖ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼ ਹੋ ਰਹੀ ਆ ਉਹ ਕਿਸ ਤਰ੍ਹਾਂ ਕੋਸ਼ਿਸ਼ ਹੋਊਗੀ ਪਰ ਤੁਹਾਡਾ ਸੁਝਾਅ ਜਿਹੜਾ ਬਹੁਤ ਅੱਛਾ ਵਾ ਕਿ ਇਹਦੇ ਤੇ ਜੇ ਇਹ ਦੁਬਾਰਾ ਲਿਖਣ ਦੀ ਕੋਸ਼ਿਸ਼ ਕੀਤੀ ਗਈ ਇਹਦੇ ਤੇ ਕੋਈ ਐਫਰਟ ਹੋਇਆ ਤੇ ਲੋੜ ਇਹ ਹੈ ਕਿ ਸਾਰੇ ਜਿਹੜੀਆਂ ਸੰਸਥਾਵਾਂ ਵਾਂ ਜਿਹੜੇ ਸਾਡੇ ਸਿੰਘ ਸਹਿਬਾਨ ਆ ਜਿਹੜੇ ਜਿਹੜੇ ਜਥੇਦਾਰ ਆ ਤਖਤਾਂ ਦੇ ਉਹਨਾਂ ਨੂੰ ਨਾਲ ਲੈ ਕੇ ਹੋਰ ਵੀ ਜਿਹੜੇ ਵਿਦਵਾਨ ਨੇ ਉਹਨਾਂ ਦੀ ਸਲਾਹ مشورہ ਉਹਨਾਂ ਨਾਲ ਕਰਕੇ ਉਹਨਾਂ ਦੀ ਸਲਾਹ ਲੈ ਕੇ ਇਸ ਪਾਸੇ ਤੁਰਿਏ ਇਹ ਨਾ ਹੋਵੇ ਕਿ ਅਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਇਤਿਹਾਸ ਲਿਖਣ ਦੀ ਜ਼ਿੰਮੇਵਾਰੀ ਦੇ ਦਈਏ ਜਿਹੜਾ ਇਤਿਹਾਸ ਇਸ ਤਰ੍ਹਾਂ ਲਿਖੇ ਔਰ ਜਿਹੜੇ ਇਵੈਂਟਸ ਆ ਹਿਸਟਰੀ ਦੇ ਵਿੱਚ ਜੋ ਕੁਝ ਹੋਇਆ ਵਾ ਉਹਨਾਂ ਨੂੰ ਤੋੜ ਮੋੜ ਕੇ ਪੇਸ਼ ਕਰੇ ਜਿਹਦੇ ਕਰਕੇ ਲੋਕਾਂ ਦੇ ਜਜ਼ਬਾਤ ਆ ਉਹਨਾਂ ਇਹਨਾਂ ਤੇ ਸੱਠ ਪਹੁੰਚੇ ਉਹ ਠੀਕ ਗੱਲ ਜਿਹੜੀ ਤੁਸੀਂ ਕਿਤਾਬ ਦੀ ਜ਼ਿਕਰ ਕੀਤਾ ਵਾ ਪਰ ਐਸਜੀਪੀਸੀ ਨੇ ਉਹਦੇ ਤੇ ਕਲੀਅਰਾਈਫਾਈ ਕਰ ਦਿੱਤਾ ਵਾ ਕਿ ਉਹ ਕਿਤਾਬ ਉਹਨਾਂ ਨੇ ਬਹੁਤ ਸਾਲ ਪਹਿਲਾਂ ਹੀ ਉਹਨਾਂ ਨੇ ਬੈਨ ਕਰ ਦਿੱਤੀ ਸੀ ਪਰ ਉਹਦੇ ਤੇ ਸਵਾਲ ਇਹੋ ਹੀ ਉੱਠਦਾ ਵਾ ਕਿ ਇਸ ਕਿਤਾਬ ਤੇ ਬੈਨ ਕਰ ਦਿੱਤੀ ਪਰ ਜਿਹੜੇ ਲੋਕਾਂ ਨੇ ਇਹੋ ਜਿਹਾ ਗੰਦ ਪਾਇਆ ਇਹਨਾਂ ਨੇ ਸਭ ਕੁਝ ਲਿਖਿਆ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਿਆ ਗਿਆ ਜਾਂ ਜਾਂ ਨਹੀਂ ਖੈਰ ਇਹ ਖੁਣ ਪੁਰਾਣੀ ਗੱਲ ਹੋ ਗਈ ਆ ਆਪਾਂ ਹੁਣ ਅੱਗੇ ਚੱਲਦੇ ਆ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਔਰ ਸੁਣਦੇ ਹਾਂ ਉਹ ਕੀ ਕਹਿੰਦੇ ਨੇ ਹੈਲੋ ਹੈਲੋ ਹੋ ਹਾਂਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੇ ਆਵਾਜ਼ ਆ ਰਹੀ ਹੈ ਤੇ ਦੱਸੋ ਕੌਣ ਬੋਲ ਰਿਹਾ ਜੇ ਕਿੱਥੋਂ ਬੋਲ ਰਿਹਾ ਹਾਂਜੀ ਸਰ ਆਰੀ ਮੈਨੂੰ ਤੁਹਾਡੀ ਆਵਾਜ਼ ਮੈਂ ਬਲਰਾਜ ਮੋਹਨ ਸਿੰਘ ਬੋਲ ਰਿਹਾ ਡਾਲਾਸ ਟੈਕਸਾਸ ਤੋਂ ਹਾਂਜੀ 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 ਮੈਂ ਤੁਹਾਡਾ ਪ੍ਰੋਗਰਾਮ ਹਮੇਸ਼ਾ ਦੇਖਦਾ ਇਟਸ ਵੈਰੀ ਨਾਈਸ ਤੇ ਤੁਸੀਂ ਸਾਨੂੰ ਵੀ ਆਪਣੀ ਫੀਡਬੈਕ ਦੇਣ ਦਾ ਮੌਕਾ ਦਿੱਤਾ ਹੈ ਹੁਣ ਤੇ ਮਹਰਬਾਨ ਜੀ ਜਿਹੜੇ ਐਕਸੀਡੈਂਟਸ ਦੇ ਬਾਰੇ ਗੱਲ ਕਰ ਰਹੇ ਸੀ ਜੀ ਦੇਖੋ ਦੋ ਗੱਲਾਂ ਨੇ ਇੱਕ ਤੇ ਦੋ ਪਾਰਟੀਆਂ ਇਨਵੋਲਡ ਨੇ ਇੱਕ ਤੇ ਆਪਰੇਟਰ Who is the driver ਜੀ ਦੂਜੀ ਹੈਗੀ ਹੈ ਫੈਸਿਲਿਟੀ which is the road conditions ਜੀ ਅੱਛਾ ਟੂ ਫਰਸਟ ਥਿੰਗ ਆਈ ਵਿਲ ਲਾਈਕ ਟੂ ਸੇ ਇਜ਼ ਕਿ ਜਿਹੜੀ ਰਾ ਇੰਡੀਆ ਦੇ ਵਿੱਚ ਰੋਡ ਸੇਫਟੀ ਦੀ ਕਲਚਰ ਹੀ ਹੈ ਨਹੀਂ ਗੀ ਜੀ ਥੈਟ ਇਜ਼ ਦਾ ਬਿਗੇਸਟ ਪ੍ਰੋਬਲਮ ਈਵਨ ਇਨ ਨਾਰਥ ਅਮਰੀਕਾ ਜੇ ਆਪਾਂ ਦੇਖੀਏ ਜੀ ਜਿਹੜਾ 18 ਤੋਂ ਲੈ ਕੇ 25 ਸਾਲ ਦਾ ਏਜ ਗਰੁੱਪ ਹੈਗਾ ਉਹਦੇ ਵਿੱਚ ਦਾ ਨੰਬਰ 1 ਕਿਲਰ ਆਰ ਦਾ ਰੋਡ ਐਕਸੀਡੈਂਟ ਜੀ ਇਨ ਈਵਨ ਇਨ ਅ ਸੋਸਾਇਟੀ ਵੇਅਰ ਲਾਈਸ ਐਂਡ ਫੋਰਸਡ ਸੋ ਸਟ੍ਰਿਕਟਲੀ ਜੀ ਸੋ ਫਰਸਟ ਥਿੰਗ ਇਜ਼ ਦਾ ਰੋਡ ਸੇਫਟੀ ਕਲਚਰ which should start at home ji. and i always tell my kids G. That beta, this vehicle is like a weapon. Right. When you are on the road, if you don't, you are not careful, you can harm yourself right. or you can harm other people. And secondly, G. it is easy to point fingers. One thing is that fatal accidents in the whether G. it's in USA or it's in India, they are always involving. ਵਹੀਕਲਸ ਐਟ ਹਾਈ ਸਪੀਡ ਜੀ ਛੋਟੇ ਮੋਟੇ ਐਕਸੀਡੈਂਟ ਜਿਹੜੇ ਆਪਣੇ ਗਲੀਆਂ ਕੁੱਚਿਆਂ ਚ ਹੁੰਦੇ ਨੇ ਉਹਦੇ ਵਿੱਚ ਜੋ ਫੈਂਡਰ ਬੈਂਡਰ ਕਹੀਦਾ ਸੀ ਉਹ ਹੀ ਹੁੰਦੇ ਨੇ ਵਿਚ ਆਰ ਨਾਟ ਫੈਟਲ ਸੋ ਦ ਸੈਕੰਡ ਥਿੰਗ ਇਜ਼ ਅਬਾਊਟ ਦ ਯੂਜ਼ ਆਫ ਨਰਕੋਟਿਕਸ ਅਮੰਗ ਦ ਡਰਾਈਵਰਸ ਇਨ ਇੰਡੀਆ ਜੀ ਜੀ ਯੂ نو ਵਾਟ ਐਵਰੀ ਟਾਈਮ ਆਈ ਕਮ ਟੂ ਇੰਡੀਆ ਵਨ ਆਈ ਰੀਚ ਨਿਊ ਦਿੱਲੀ 에ਰਪੋਰਟ ਆਈ ਸੇ ਥੈਂਕ ਗੋਡ ਆਮ ਫਲਾਈਂਗ ਅਵੇ राइट सो यू नो दैट द रिस्पांसिबिलिटी हैज़ टू बी टेकन बाय द इंडिविजुअल बिल्कुल बिल्कुल ठीक है कोई समय दी काट है जी मैं तन्नू विच कट रेया दी माफ़ी चाहनावा मा, बिल्कुल ताडे आ दो सुझाव बड़े चंगे है पहलां ते जेडी एजुकेशन है ओ साडे घरों शुरू होनी चाहिदी है इनफैक्ट और दूसरा जेड़े जेड़े नार्कोटिक्स है इनन ना ते बहुत बड़ी پابंदी लगनी चाहिदी है और बहुत सख्ती होनी चाहिदी है इनफैक्ट मैं तीन चीज़ां uh, कहना चाहूंगा एथे जे रोड सेफ्टी दी आपा गल करिए ते ते तीन एस्पेक्ट ने एक हैगा इंजीनियरिंग कि रोड फैसिलिटीज किस तरह दी आसि लाइयां वा ਅ ਦੂਸਰਾ ਹੈ এডਿਕੇਸ਼ਨ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਣੇ ਘਰ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਔਰ ਇਸ ਤੋਂ ਬਾਅਦ ਤੀਸਰੀ ਹੈ ਐਨਫੋਰਸਮੈਂਟ ਐਨਫੋਰਸਮੈਂਟ ਜਿਹੜੀ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਅ ਇਸ ਵੇਲੇ ਸਾਡੇ ਆਪਣੇ ਇੱਥੇ ਪੰਜਾਬ ਦੇ ਵਿੱਚ ਔਰ ਬ੍ਰਾਡਲੀ ਇੰਡੀਆ ਦੇ ਵਿੱਚ ਵੀ ਪਰ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਤਿੰਨਾਂ ਚੀਜ਼ਾਂ ਦੇ ਵਿੱਚ ਘਾਟਿਆ ਇਹਨਾਂ ਦੇ ਵਿੱਚ ਕਮੀਆਂ ਨੇ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਆ ਤੁਸੀਂ ਸਾਡੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਇੱਕ ਹੋਰ ਕੋਲਾਜ ਜੁੜਿਆ ਆ ਉਹ ਸੁਣਦੇ ਆ ਕੀ ਕਹਿੰਦੇ ਨੇ ਹੈਲੋ ਹਲੋ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਔਰ ਕੀ ਅਰਜ਼ ਕਰਨੀ ਚਾਹੁੰਦੇ ਜੀ ਸਤਿ ਸ੍ਰੀ ਅਕਾਲ ਸੰਦੂ ਸਾਹਿਬ ਮੈਂ ਕੈਨੇਡਾ ਤੋਂ ਬੋਲ ਰਿਹਾ ਟੋਰਾਂਟੋ ਤੋਂ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕਰ ਲਿਆ ਸਿੱਧਾ ਹੀ ਮਿਹਰਬਾਨੀ ਜੀ ਬਾਕੀ ਸੇਫਟੀ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇੱਕ ਤਾਂ ਮੇਨ ਗੱਲ ਹੁੰਦੀ ਹੈ ਕਿ ਤੁਸੀਂ ਜਿਹੜਾ ਪਹਿਲੇ ਕਾਲਰ ਕਹਿ ਗਏ ਨੇ ਸੇਫਟੀ ਤੁਹਾਨੂੰ ਆਪਣੇ ਆਪ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਪਹਿਲਾਂ ਜੀ 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 ਕਰ ਤੋਂ ਤੇ ਉਹ ਕਿ ਸਪੱਸ਼ਟਾ ਸਮਝਾਇਆ ਜਾਵੇ ਕਿ ਮੈਂ ਬਾਕੀ ਦੂਸਰੀ ਗੱਲ ਇਹ ਜਿੱਦਨੇ ਵੀ ਉੱਤੇ ਟਰੈਕਟਰ ਟਰਾਲੀਆਂ ਟੱਕ ਨੇ ਜੀ ਉਹਨਾਂ ਦੇ ਮਗਰ ਇਹ ਰਿਫਲੈਕਟਰ ਵਗੈਰਾ ਲਾਉਣ ਦੀ ਕਈ ਵਾਰੀ ਕੋਸ਼ਿਸ਼ ਵੀ ਕੀਤੀ ਗਈ ਆ ਤੇ ਉਹ ਜੇ ਲੋ ਲੈ ਜਾਂਦੇ ਮੁਰਕੇ ਕੋਈ ਪ੍ਰੋਵਾਈਡ ਨਹੀਂ ਕਰਦਾ ਕਿ ਦੁਬਾਰਾ ਲਾਉਣੇ ਚਾਹੀਦੇ ਆ ਜੀ ਕਾਫੀ ਚੀਜ਼ਾਂ ਮੈਂ ਦੇਖਿਆ ਉਹ ਨਾ ਕਰਕੇ ਰਾਤ ਨੂੰ ਐਕਸੀਡੈਂਟ ਕਾਫੀ ਹੁੰਦੇ ਨੇ ਜੀ ਤੇ ਦੂਸਰੀ ਗੱਲ ਹੈ ਜੇ ਇਨਫੋਰਸਮੈਂਟ ਵਾਕਈ ਥੋੜੀ ਕਾਫੀ ਇਨਫੋਰਸਮੈਂਟ ਹੋਣੀ ਬਹੁਤ ਜ਼ਰੂਰੀ ਹੈ ਉੱਥੇ ਫਲਾਣ ਵਗੈਰਾ ਜਾਂ ਉਹਨ ਦੇਖਣਾ ਵੀ ਚਾਹੀਦਾ ਕਿ ਵੀ ਕਿੰਨੇ ਠੀਕ ਕਰਵਾਇਆ ਨਾ ਕਰਵਾਇਆ ਜਿਵੇਂ ਇੱਥੇ ਟਾਈਮ ਦਿੰਦੇ ਆ ਤੁਹਾਨੂੰ 24 ਘੰਟੇ ਦੇ ਵਿੱਚ ਵਿੱਚ ਠੀਕ ਕਰਵਾ ਕੇ ਪੁਲਿਸ ਸਟੇਸ਼ਨ ਦਿਖਾ ਕੇ ਉਹ ਗੱਡੀ ਜੇ ਨਹੀਂ ਤਾਂ ਫਿਰ ਦੁਬਾਰੇ ਫਾਈਨ ਹੋਏ ਹੋਰ ਹੁੰਦਾ ਇਹ ਜਿਹੇ ਗੱਲਾਂ ਕਾਫੀ ਆਪਾਂ ਇਲਜ਼ਾਮ ਸਾਰਾ ਸਰਕਾਰਾਂ ਤੇ ਲਾ ਰਹੇ ਨੇ ਪਰ ਡਰਾਈਵਿੰਗ ਦੇ ਜਿਹੜੇ ਆਪਣੀ ਆਪ ਦੇ ਤੌਰ ਤਰੀਕੇ ਉਹ ਵੀ ਸੁਧਾਰਨੇ ਪੈਂਦੇ ਬਾਕੀ ਜਿਹੜੀ ਹੁਣ ਅੱਜਕੱਲ ਮੇਨ ਦੀ ਰੋਡ ਤੇ ਅੰਦਰ ਰਾਤਾਂ ਨੂੰ ਸਵਾਪੀ ਕੇ ਫਲਾਉਣ ਦਾ ਕਾਫੀ ਰਿਵਾਜ ਹੈ ਜੀ ਜੇ ਤੁਸੀਂ ਸੋਫੀ ਵੀ ਟੱਕਰ ਜਿਉਂ ਪੁਲਸਾਰ ਨੂੰ ਤੱਕ ਨੂੰ ਆ ਵੀ ਪੜਦੇ ਆ ਜੀ ਬਿਲਕੁਲ ਦੀ ਬਦਲ ਕਿੱਥੇ ਆ ਪੀਤੀ ਬਿਗੜ ਕੇ ਮੈਂ ਤਾਂ ਚਲਾਈ ਜਾਂਦੇ ਹਾਂ ਜੀ ਸੋ देयर इज ਅਦਰ ਥਿੰਗ ਤੇ ਟ੍ਰੇਕਿੰਗ ਐਂਡ ਡਰਾਈਵਿੰਗ ਆਈ نو ਥੋੜੇ ਬਹੁਤ ਰੂਲ ਔਕੇ ਆ ਕਰਨੇ ਪਰ ਹੌਲੀ ਹੌਲੀ ਲਾਗੂ ਹੋਣ ਕੇ ਤਾਹੀਂ ਠੀਕ ਹੋਗਾ ਥੈਂਕ ਯੂ ਜੀ ਕਿਉਂਕਿ ਤੁਸੀਂ ਨਾਰਥ ਅਮਰੀਕਾ ਰਹਿੰਦੇ ਮੈਨੂੰ ਇਹ ਦੱਸੋ ਕਿ ਉੱਥੇ ਕੀ ਸਿਸਟਮ ਹੈ ਪੀ ਕਿੰਨੇ ਵਾਰੀ ਜੇ ਤੁਹਾਡਾ ਚਲਾਨ ਹੋ ਜਾਏ ਤੇ ਉਸ ਤੋਂ ਬਾਅਦ ਤੁਹਾਡਾ ਲਾਇਸੈਂਸ ਕੈਨਸਲ ਹੋ ਜਾਂਦਾ ਜਾਂ ਤੁਹਾਡੀ ਗੱਡੀ ਜਿਹੜੀ ਆ ਇੰਪਾਉਂਟ ਕਰ ਲੈਂਦੇ ਹੋ ਹੈਲੋ ਸ਼ਾਇਦ ਕਾਲ ਕੱਟ ਹੋ ਗਈ ਅ ਸੜਨਾ ਇੱਕ ਹੋਰ ਕਾਲਰ ਜੁੜੇ ਆ ਉਹ ਸੁਣਦੇ ਆ ਉਹ ਕੀ ਕਹਿੰਦੇ ਨੇ ਹੈਲੋ ਅਛਾ ਸ਼ਾਇਦ ਕਾਲ ਕੱਟ ਹੋ ਗਈ ਇਸ ਇਸ਼ੂ ਦੇ ਉੱਤੇ ਜਿਹੜਾ ਰੋਡ ਐਕਸੀਡੈਂਟਸ ਦੇ ਉੱਪਰ ਲੋਕਾਂ ਦੀ ਬੜਾ ਸਟਰੋਂਗ ਥਿਊਜ਼ ਹੈ ਔਰ ਬੜੇ ਬੜੇ ਚੰਗੇ ਸੁਝਾਅ ਵੀ ਲੋਕੀ ਦੇ ਰਹੇ ਨੇ ਔਰ ਸ਼ਾਇਦ ਇਹਥੇ ਜਿਹੜੀਆਂ ਹਾਲੀ ਸਰਕਾਰਾਂ ਵਾਂ ਉਹਨਾਂ ਨੂੰ ਹਾਲੀ ਹੋਸ਼ ਨਹੀਂ ਆਈ ਕਿ ਇਹ ਇੰਨਾ ਸੀਰੀਅਸ ਮਸਲਾ ਵਾ ਔਰ ਇਸ ਮਸਲੇ ਦੇ ਉੱਤੇ ਠਲ ਪਾਉਣ ਦੀ ਲੋੜ ਹੈ ਸਾਡੇ মিডিਆ ਨੂੰ ਵੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ মিডিਆ ਨੂੰ ਇਹ ਇਸ਼ੂਜ਼ ਨੂੰ ਚੁੱਕਣ ਦੀ ਲੋੜ ਆ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਵਾ ਮੌਤ ਹੋ ਜਾਂਦੀ ਆ ਤੇ ਅਸੀਂ ਉਹ ਇੱਕ ਅੱਧੀ ਖਬਰ ਦੇ ਕੇ ਉਸ ਗੱਲ ਨੂੰ ਖਤਮ ਕਰ ਦਿੰਨੇ ਆ ਸਾਨੂੰ ਉਸ ਗੱਲ ਦੇ ਵਿੱਚ ਉਹਦੀ ਕੋਖ ਕਰਨੀ ਚਾਹੀਦੀ ਆ ਉਹਦੀ ਡਿਟੇਲ ਦੇ ਵਿੱਚ ਜਾਣਾ ਚਾਹੀਦਾ ਕਿਹਦੇ ਕਰਕੇ ਐਕਸੀਡੈਂਟ ਹੋਇਆ ਕਿਹਦੀ ਗਲਤੀ ਸੀ ਔਰ ਕਿਉਂ ਹੋਇਆ ਔਰ ਅੱਗੇ ਤੋਂ ਸਾਨੂੰ ਕੀ ਕਦਮ ਚੁੱਕਣ ਦੀ ਲੋੜ ਆ ਸੋ ਦੈਟ ਬਾਕੀ ਲੋਕਾਂ ਵਾਸਤੇ ਇੱਕ ਸਬਕ ਹੋਵੇ ਕਿ ਅਸੀਂ ਸੜਕ ਦੇ ਉੱਤੇ ਗਲਤੀ ਨਹੀਂ ਕਰ ਸਕਦੇ ਕਿਉਂਕਿ ਜੇ ਗਲਤੀ ਕਰਾਂਗੇ ਤੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਤੇ ਖਤਰੇ 'ਚ ਪਾਵਾਂਗੇ ਲੋਕਾਂ ਦੀ ਜਾਨ ਜਿਹੜੀ ਆ ਉਹਨੂੰ ਵੀ ਅਸੀਂ ਖਤਰੇ 'ਚ ਪਾਵਾਂਗੇ ਕਿਉਂਕਿ ਸਮਾਂ ਖਤਮ ਹੋਣ ਲੱਗਾ ਇਸ ਸ਼ੋਅ ਨੂੰ ਇੱਥੇ ਹੀ ਰੈਪ ਅਪ ਕਰਦੇ ਹਾਂ ਅਖੀਰ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਵਾਰੇ ਜਾਈਏ ਟੈਕਨੋਲੋਜੀ ਦੇ ਵਿਗਿਆਨ ਦੇ ਕਿ ਅਸੀਂ ਚੰਡੀਗੜ੍ਹ ਔਰ ਪੰਜਾਬ ਬੈਠੇ ਤੁਹਾਡੇ ਵਰਗੇ ਦੋਸਤਾਂ ਨਾਲ ਸੂਝਵਾਨ ਦੋਸਤਾਂ ਨਾਲ ਜਿਹੜੇ ਆਪਣੇ ਵਤਨ ਨੂੰ ਪਿਆਰ ਕਰਦੇ ਨੇ ਉਹਨਾਂ ਨਾਲ ਸਿੱਧੀ ਅਸੀਂ ਗੱਲ ਕਰ ਸਕਦੇ ਹਾਂ ਤੁਸੀਂ ਸਾਨੂੰ ਟੈਲੀਫੋਨ ਰਾਹੀਂ ਸਵਾਲ ਪੁੱਛਣ ਤੋਂ ਇਲਾਵਾ ਈਮੇਲ ਵੀ ਕਰ ਸਕਦੇ ਹੋ ਪਰਮਾਤਮਾ ਦੀ ਕਿਰਪਾ ਨਾਲ ਕੱਲ ਫਿਰ ਮਿਲਾਂਗੇ ਤਦ ਤੱਕ ਖੁਸ਼ੀਆਂ ਮਾਣੋ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ